मैं जो कपड़े पा लेनी जे हुण तुसीं मैनूं भुखारी दे भी कपड़े पा लोगे मेरे चो फील आनी शुरू हो जूगी खुद कर लेनी मैनूं नहीं पता किद्दां हुंदा फिर मतलब इत्थे सानूं फील हुंदा सीगा गल्लां ते सेक निकलदा सीगा कि असीं किहड़े माहौल चां ਮੇਰੇ ਤੇ ਕੰਬਲ ਜਿਹਾ ਲਿਆ ਹੋਇਆ ਮੈਨੂੰ ਪਤਾ ਵੀ 25 ਕੰਬਲ ਆਏ ਹੋਣੇ ਫਿਰ ਉਹਦੇ ਚ ਨਾ ਇੱਕ ਥਾਂ ਤੋਂ ਉਹਨੂੰ ਦੇੜਿਆ ਸੀ ਥੋੜਾ ਜਿਹਾ ਫਲੂਸੇ ਜਿਹਾ ਇੱਥੇ ਆਉਣਾ ਚਾਹੀਦਾ ਜਿਵੇਂ ਵਾਰਨਿੰਗ ਚ ਆਪਾਂ ਚੱਪਲ ਵਾਲੀ ਗੱਲ ਸੀ ਉਹਦੇ ਜਿਹੜੇ ਸ਼ੂ ਪਾਏ ਹੋਏ ਇੱਕ ਦਾ ਫੀਤਾ ਹੈਗਾ ਇੱਕ ਦਾ ਫੀਤਾ ਹੈ ਨੀ ਉਹਦੀ ਜਿਹੜਾ ਪਤਾਵਾ ਜਿਹਾ ਹੁੰਦਾ ਬਾਹਰ ਐਂ ਕਰਕੇ ਵਾਰਨਿੰਗ ਤੋਂ ਬਾਅਦ ਮੇਰੀ ਇੱਕ ਪਹਿਚਾਣ ਬਣ ਗਈ ਜਿਵੇਂ ਤੇਰਾ ਸੋਸ਼ਲ ਮੀਡੀਆ ਤੇ ਆ ਤੇ ਅਸੀਂ ਤੇਰੇ ਕੋਲ ਘਰੇ ਆਏ ਬੈਠੇ ਅਸੀਂ ਉਹਨਾਂ ਦੇ ਮਗਰ ਮਗਰ ਫਿਰਦੇ ਹੁੰਦੇ ਭਾਜੀ ਇਹਨਾਂ ਨਾਲ ਇੰਟਰਵਿਊ ਕਰਾ ਦੇਣਾ ਕਰ ਦਿਓ ਉਹਦੇ 'ਚ ਮੈਂ ਡਾਂਸਰ ਦਾ ਕਿਰਦਾਰ ਜਾਣਬੁੱਝ ਕੇ ਹੀ ਕੀਤਾ ਸੀਗਾ ਚੈਲੰਜ ਮਿਲੇ ਕਿ ਮੈਂ ਜਪਜੀ ਜਪਜੀ ਨਾ ਲੱਗਾ ਉਹ ਕੈਰੈਕਟਰ ਲੱਗਾ ਸੋ ਜੇ ਮੈਂ ਡਾਂਸਰ ਹਾਂ ਤੇ ਮੈਂ ਡਾਂਸਰ ਲੱਗਾ ਜੇ ਮੈਂ ਪੁਲਿਸ ਵਾਲੀ ਹਾਂ ਤੇ ਪੁਲਿਸ ਵਾਲੀ ਇਹਦੇ ਤੇ ਆਪਾਂ ਕੋਈ ਕਿੰਤੂ ਪਰੰਤੂ ਨਹੀਂ ਕਰ ਸਕਦੇ ਮੈਂ ਆਪਣੀ ਗੱਲ ਕਰ ਸਕਦੀ ਹਾਂ ਹੁਣ ਜਿੱਦਾਂ ਸਾਡੀ ਵਿੱਚੇ ਹੁਣ ਬਲੈਕ ਹੀਅਰ ਟੂ ਦੀ ਥੋੜੀ ਉਹਦੇ ਵਿੱਚ ਕਿਰਦਾਰ ਗਦਰੀ ਜੋਧੇ ਵੇਲੇ ਕਿਤੇ ਮਿਲਿਆ ਸੀ ਉਦੋਂ ਨਿਕੂ ਸੀ ਛੋਟਾ ਸੀ ਓਕੇ ਮਾਈਂਡ ਸੀ ਸੋਰੀ ਭਾਜੀ ਮੈਂ ਗੱਲ ਕਰ ਹੁਣ ਜਦੋਂ ਤੂੰ ਉਹ ਕੀਤਾ ਮਨ ਚ ਧਾਰਿਆ ਤੇ ਤੁਹਾਡੇ ਉੱਥੇ ਮਤਲਬ ਘਰਾਂ ਚ ਕੋਈ ਨਹੀਂ ਹੋਣਾ ਇਹਦਾ ਤੇ ਐਕਸਪੈਰੀਮੈਂਟ ਹੀ ਸੀ ਤੇ ਇੱਕ ਕੰਫਰਟ ਜ਼ੋਨ ਹੁੰਦਾ ਜਿਵੇਂ ਪਹਿਲਾਂ ਆਪਾਂ ਗੱਲ ਕਰ ਰਹੇ ਸੀ ਮੈਮ ਹਨਾ ਮੈਂ ਉਹੀ ਬੋਲਣ ਲੱਗੀ ਤੁਸੀਂ ਉਹੀ ਸ਼ਬਦ ਬੋਲਤਾ ਮੈਨੂੰ ਇੰਨੀ ਹੈਰਾਨੀ ਹੋ ਰਹੀ ਆ ਕੰਫਰਟ ਜ਼ੋਨ ਮੈਂ ਕਿ ਮੈਂ ਅਗਲੀ ਗੱਲ ਚ ਮੈਂ ਤੁਹਾਡੀ ਗੱਲ ਕਰੂੰਗੀ ਕੰਫਰਟ ਜ਼ੋਨ ਦੀ ਤੇ ਤੁਸੀਂ ਮੈਂ ਤੁਹਾਡੇ ਨਾਲ ਦੇਖ ਰਹੀ ਤੁਸੀਂ ਉਹੀ ਸ਼ਬਦ ਬੋਲਤਾ ਗੁੱਡ ਗੁੱਡ ਇਹੀ ਅਟੈਚਮੈਂਟ ਹੁੰਦੀ ਹੈ ਇੱਕ ਬੌਂਡਿੰਗ ਕੋਈ ਹੈ ਨਹੀਂ ਤੁਸੀਂ ਕੰਫਰਟ ਜ਼ੋਨ ਤੇ ਹੀ ਆਓ ਹੁਣ ਤੁਸੀਂ ਮੈਂ ਕੰਫਰਟ ਜ਼ੋਨ ਤੇ ਆਵਾਂ ਰੀਅਲ ਲਾਈਫ ਦੇ ਵਿੱਚ ਕਦੇ ਵਾਹ ਪਿਆ ਪੁਲਿਸ ਵਾਲਿਆਂ ਦੇ ਨਾਲ ਕੋਈ ਇਦਾਂ ਦਾ ਪੰਗਾ ਪਿਆ ਨਾਟਕਾਂ ਵਾਲੇ ਥੀਏਟਰ ਵਾਲੇ ਤੇ ਵਾਹ ਨਾ ਪਵੇ ਕਿਹੜਾ ਨਾ ਜੈਤੋ ਸੀਗਾ ਪ੍ਰੋਗਰਾਮ ਤੇ ਸਾਨੂੰ ਰੋਕ ਲਿਆ ਕੀ ਨਾਟਕ ਸੀ ਮੈਂ ਕਿਹਾ ਯਾਰ ਕਹਿੰਦੇ ਕਰਕੇ ਦਿਖਾਓ ਅੱਛਾ ਅਸੀਂ ਲੱਗ ਗਏ ਕਰਨ ਪਰ ਉਹਦੇ ਥੱਲੇ ਮੈਨੂੰ ਇੰਨੀ ਸ਼ਰਮ ਆਵੇ ਥੱਲੇ ਇੱਕ ਜਣਾ ਕਹਿੰਦਾ ਅੱਲਾ ਕੰਬਣਾ ਕੀ ਆ ਕਮੇਡੀ ਵਾਲੇ ਨੂੰ ਤਾਂ ਹੀਰੋ ਲਈ ਫਿਰਦੇ ਆਂ ਤੁਸੀਂ ਸੋਸ਼ਲ ਮੀਡੀਆ ਤੇ ਮੈਨੂੰ ਲੱਗਦਾ ਕਾਫੀ ਐਕਟਿਵ ਰਹਿੰਦੇ ਹੋ ਮੈਂ ਇੰਸਟਾਗ੍ਰਾਮ ਪ੍ਰੋਫਾਈਲ ਦੇਖੀਏ ਤੁਹਾਡਾ ਅੱਜ ਮੈਨੂੰ ਪਹਿਲੀ ਵਾਰੀ ਇਹ ਸੁਣਨ ਦਾ ਮੌਕਾ ਮਿਲ ਰਿਹਾ ਮੇਰੇ ਕੰਨਾਂ ਨੂੰ ਗੁਰਦੁਆਰਾ ਸਾਹਿਬ ਹੈਗੇ ਨੇ ਪਿੰਡਾਂ 'ਚ ਕਿੰਨੇ ਨੇ ਹਨਾ ਤੇ ਉਹ ਇੱਦਾਂ ਆਦਤ ਪਈ ਹੋਗੀ ਮੱਥਾ ਟੇਕਣ ਦੀ ਕਈ ਵਾਰੀ ਇੱਦਾਂ ਹੁੰਦਾ ਕਿ ਜਿਹੜੀ ਮੇਰੇ ਦਿਮਾਗ 'ਚ ਗੱਲ ਸੇਮ ਗੱਲ ਕਰੇਗੀ ਤੇ ਕਈ ਵਾਰੀ ਜਦੋਂ ਕੋਈ ਬਿਲਡਿੰਗ ਦੱਸਦੀ ਹੈ ਥੋੜੀ ਗੁਰਦੁਆਰਾ ਸਾਹਿਬ ਤੇ ਉਹ ਆਪਣੇ ਆਪ ਹੀ ਐ ਮੱਥਾ ਟੇਕਿਆ ਬਾਅਦ 'ਚ ਜਦੋਂ ਉਹ ਮਾਈ ਗੋਡ ਇਹ ਤੇ ਗੁਰਦੁਆਰਾ ਵੀ ਨਹੀਂ ਸੀ ਇਹ ਤਾਂ ਰਿਜ਼ੋਰਟ ਸੀ ਕੋਈ ਵਾਈਟ ਕਲਰ ਦੀ ਬਿਲਡਿੰਗ ਸਭ ਤੋਂ ਚੰਗੀ ਗੱਲ ਕੀ ਲੱਗਦੀ ਵੀ ਇਹ ਸਾਨੂੰ ਉੱਥੇ ਮਿਲਿਆ ਰਾਜਸਥਾਨ ਔਰ ਬੰਦਾ ਵੈਰੀ ਗੁੱਡ ਯਾਰ ਅੱਜ ਇੰਟਰਵਿਊ ਕਰਦਾ ਸੀ ਬਹੁਤ ਵਧੀਆ ਗੱਲ ਤੇ ਪਰ ਵਧੀਆ ਬਹੁਤ ਵਧੀਆ ਤੇਰੇ ਨਾਲ ਚੰਗਾ ਬਹੁਤ ਲੱਗਿਆ ਆਸ਼ੀਰਵਾਦ ਦਿੰਦੇ ਨੇ ਤੇ ਉਹ ਬੜਾ ਚੰਗਾ ਲੱਗਦਾ ਆ ਤੇ ਕਈ ਵਿੱਚ ਗੜਬੜ ਵੀ ਕਰਦੇ ਆ ਹਾਂ ਚਲੋ ਗੜਬੜ ਵੀ ਠੀਕ ਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਸੁੱਖ ਵਾਇਰਲ ਅਤੇ ਅੱਜ ਦਾ ਜਿਹੜਾ ਪੋਡਕਾਸਟ ਹੈ ਉਹਦੇ ਲਈ ਮੈਂ ਬਹੁਤ ਜ਼ਿਆਦਾ ਐਕਸਾਈਟਡ ਹਾਂ ਐਕਸਾਈਟਡ ਕਿਉਂ ਆ ਆਪਾਂ ਪੋਡਕਾਸਟ ਦੇ ਵਿੱਚ ਹੀ ਗੱਲ ਕਰਦੇ ਹਾਂ ਸੋ ਮੈਮ ਬਹੁਤ ਬਹੁਤ ਸਵਾਗਤ ਹੈ ਸਰ ਸਵਾਗਤ ਹੈ ਚੈਨਲ ਥੈਂਕ ਯੂ ਜੀ ਥੈਂਕ ਯੂ ਮੈਂ ਨਾ ਟੀਜ਼ਰ ਦੇਖਿਆ ਜੀ ਤੇ ਜਦੋਂ ਟ੍ਰੇਲਰ ਆਇਆ ਫਿਰ ਜ਼ਿਆਦਾ ਐਕਸਾਈਟਮੈਂਟ ਹੋ ਗਈ ਮੈਨੂੰ ਕਈ ਵਾਰੀ ਨਾ ਮਤਲਬ ਟ੍ਰੇਲਰ ਦੇਖ ਕੇ ਨਾ ਸਟੋਰੀ ਦਾ ਅੰਦਾਜ਼ਾ ਲਾ ਲੈਂਦੇ ਲੋਕ ਓਵਰਆਲ ਕਿੱਦਾਂ ਦੀ ਹੋਊਗੀ ਜੀ ਜੀ ਇਸ ਤੇ ਤੁਸੀਂ ਕੀ ਕਹਿਣਾ ਚਾਹੋਗੇ ਵੀ ਸਟੋਰੀ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਆਡੀਅੰਸ ਹੈ ਨਾ ਜਿਹੜੀ ਹਾਂਜੀ ਜਦੋਂ ਅੰਦਾਜ਼ਾ ਲਾਉਂਦੀ ਹੈ ਤੇ ਬਹੁਤ ਵਧੀਆ ਗੱਲ ਹੈ ਠੀਕ ਹੈ ਔਰ ਹੁਣ ਦੀ ਆਡੀਅੰਸ ਸਿਆਣੀ ਵੀ ਬਹੁਤ ਹੋ ਗਈ ਹੈ ਨਾ ਆਪਾਂ ਉਹਨਾਂ ਨੇ ਵਰਲਡ ਸਿਨੇਮਾ ਦੇਖ ਲਿਆ ਮੋਬਾਈਲ ਦੇ ਵਿੱਚ ਆ ਗਿਆ OTT ਆ ਗਏ ਉਹ ਆ ਗਏ ਤੇ ਇਹ ਚੰਗਾ ਲੱਗਦਾ ਜਦੋਂ ਅੰਦਾਜ਼ਾ ਲਾਉਂਦੇ ਆ ਇਹ ਬਹੁਤ ਵਧੀਆ ਗੱਲ ਹੈ ਔਰ ਲਾਉਣਾ ਵੀ ਚਾਹੀਦਾ ਕਿਉਂਕਿ ਉਹਨਾਂ ਦਾ ਕੰਮ ਹੈ ਫੇਰ ਹੀ ਫਿਲਮ 'ਚ ਮਜ਼ਾ ਆਊਗਾ ਜੇ ਟ੍ਰੇਲਰ ਦਾ ਅੰਦਾਜ਼ਾ ਨਹੀਂ ਲੱਗਿਆ ਤੇ ਫਿਲਮ ਦੇ ਵਿੱਚ ਕੁਛ ਹੋਰ ਵੀ ਹੈਗਾ ਫਿਰ ਉਹਨਾਂ ਨੂੰ ਹੋਰ ਸਵਾਦ ਹੁੰਦਾ ਔਰ ਉਹ ਫਿਰ ਪ੍ਰੇਜ਼ ਵੀ ਕਰਦੇ ਆ ਵੀ ਵੈਰੀ ਗੁੱਡ ਯਾਰ ਵੀ ਅਸੀਂ ਤਾਂ ਆਹ ਅੰਦਾਜ਼ਾ ਲਾਇਆ ਸੀ ਪਰ ਫਿਲਮ ਦੇ ਵਿੱਚ ਹੋਰ ਕਈ ਲੇਅਰ ਵੀ ਹੈਗੇ ਭਾਜੀ ਇਸ ਪੋਡਕਾਸਟ ਦੇ ਰਾਹੀਂ ਆਪਾਂ ਕੋਸ਼ਿਸ਼ ਕਰਾਂਗੇ ਕਿ ਲੋਕਾਂ ਦੀ ਜਿਹੜੀ ਆਡੀਅੰਸ ਦੀ ਕਿਉਰਿਓਸਿਟੀ ਹੋਰ ਜ਼ਿਆਦਾ ਵਧੇ ਪੁਲਿਸ ਦਾ ਜਦੋਂ ਕਰੈਕਟਰ ਹੁੰਦਾ ਹੈ ਨਾ ਤੇ ਤੁਹਾਨੂੰ ਜ਼ਿੰਮੇਵਾਰੀ ਫੀਲ ਹੋਈ ਕਰੈਕਟਰ ਤਾਂ ਚਲੋ ਮਿਲਦਾ ਹੀ ਹੈ ਪਰ ਇੱਕ ਵਰਦੀ ਜਦੋਂ ਪਾਉਂਦੇ ਆ ਉਦੋਂ ਅਲੱਗ ਫੀਲ ਹੁੰਦਾ ਐਬਸੋਲੂਟਲੀ ਜਦੋਂ ਤੁਸੀਂ ਪੁਲਿਸ ਦੀ ਵਰਦੀ ਦੇ ਵਿੱਚ ਕੁਛ ਤਾਂ ਹੈ ਜਦੋਂ ਤੁਸੀਂ ਪਾ ਲੈਂਦੇ ਹੋ ਤੇ ਤੁਹਾਨੂੰ ਲੱਗਦਾ ਕਿ ਸਾਰਾ ਜਿਹੜਾ ਜ਼ਿੰਮੇਵਾਰੀ ਆ ਤੁਹਾਡੇ ਮੋਢਿਆਂ ਤੇ ਹੈਗੀ ਆ ਤੇ ਤੁਸੀਂ ਹੁਣ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰਨੀ ਆ ਬਟ ਪੁਲਿਸ ਵਾਲਿਆਂ ਨੂੰ ਮੇਰਾ ਸਲੂਟ ਆ ਬਹੁਤ ਟਫ ਜੋਬ ਹੈਗੀ ਆ ਇਹ ਜਿਹੜੀ ਇਹ ਕਰਦੇ ਨੇ ਔਰ ਇੰਨੀ ਜ਼ਿੰਮੇਵਾਰੀ ਨਾਲ ਕਰਦੇ ਨੇ ਸੋ ਇਹਨਾਂ ਕਰਕੇ ਅਸੀਂ ਸੇਫ ਵੀ ਫੀਲ ਕਰੀਦਾ ਆ ਮੈਂ ਕਿਸ ਤਰ੍ਹਾਂ ਕੀਤੀ ਇਹ ਫਿਲਮ ਦੇਖ ਕੇ ਤੁਹਾਨੂੰ ਪਤਾ ਚੱਲੇਗਾ ਇਹ ਯੂਨੀਫਾਰਮ ਦੇ ਵਿੱਚ ਪਤਾ ਨਹੀਂ ਕੁਛ ਹੈਗਾ ਆ ਜੀ ਇਹ ਜਦੋਂ ਤੁਸੀਂ ਪਾ ਲੈਂਦੇ ਇੱਕ ਔਰਾ ਕ੍ਰੀਏਟ ਹੋ ਜਾਂਦਾ ਆ ਪੁਲਿਸ ਯੂਨੀਫਾਰਮ ਦੇ ਵਿੱਚ ਨਾ ਤੇ ਔਰ ਜੇ ਤੁਸੀਂ ਇਸ ਕੈਰੈਕਟਰ ਦੇ ਵਿੱਚ ਬਹੁਤ ਅੱਛੀ ਤਰ੍ਹਾਂ ਖੁਬੇ ਹੋ ਤੇ ਤੁਹਾਨੂੰ ਉਹ ਫੀਲ ਹੋਣਾ ਸ਼ੁਰੂ ਹੋ ਜਾਂਦਾ ਜਦੋਂ ਤੁਸੀਂ ਯੂਨੀਫਾਰਮ ਪਾ ਲੈਂਦੇ ਹੋ ਸੋ ਕਾਫੀ ਜ਼ਿੰਮੇਵਾਰੀ ਵਾਲਾ ਕੰਮ ਹੈਗਾ ਆ ਕੋਈ ਸੌਖੀ ਜੋਬ
नहीं हैगी ये, मैं तो चलो करके फिल्म दे सेट ते यूनिफॉर्म पा के डायलॉग बोल के अपना घर आ जानी हां, बट सच्ची कमाल आ जेडे जॉब करदे ने। सो वाहेगुरु इस गल दा मैं गवाह हैगा भी शायद जप जी नूं नहीं पता इस गल दा, पर भी ये उत्थे पा के इहदे च माहौल बनया वा हुंदा सी जिहड़ा उत्थे देखदे सी जां ये आए तुसीं तुर के आउणे आ जां तुसीं ट्रीट किवें करदे पए आ जां इक माहौल ओह बनदा सी और ओह चेहरे ते वी आउंदा इसे करके ओह करैक्टर च वी चले जांदे। मैनूं याद आ अजमेर औलख साहब दा नाटक सी गानी, ओह बड़ी कमाल दी कहानी सी भी इक अमली आ ओह बकरी चारन गया होया, उत्थे इक जहाज मंत्री दा डिग पैंदा, मंत्री दी डेथ हो जांदी और थल्ले जाए जांदी बकरी भी उत्थे लत्तां बाहां दा पता नहीं लग्या, उन्होंने ना विच ओ आपदी बकरी नूं रोई जांदा अमली ते ओ ओहदे भी पीस लै जांदे आ बकरी दे। अच्छा, नाटक दे विच सी गानी नाटक आ और उन्हूं गानी लभदी आ उत्थों। अच्छा, ते उहदे च मैं उत्थे दो फौजी उन्हां दी ड्यूटी लगी हुई, हुण उहदे च इक फौजी दा करैक्टर मैं करदा हुंदा सी, ਉਹ ਉੱਥੇ ਪਾ ਕੇ ਮੇਰਾ ਮਿੱਤਰ ਸੀਗਾ ਜਿਹੜਾ ਆਪਣਾ ਕੁਲਦੀਪ ਨਿਆਮੀ ਜੀ, ਹੁਣ ਅੱਜ ਕੱਲ੍ਹ ਫਿਲਮਾਂ 'ਚ ਵੀ ਆ, ਉਹ ਅਮਲੀ ਦਾ ਕਰੈਕਟਰ ਕਰਦਾ ਹੁੰਦਾ ਸੀ ਔਰ ਉਹਦੇ 'ਚ ਉਹ ਅਸੀਂ ਬਹੁਤ ਵਧੀਆ ਮਿੱਤਰ ਤੇ ਉਵੇਂ ਕਰਕੇ, ਪਰ ਜਿਹੜਾ ਉਦੋਂ ਇੱਕ ਮਾਹੌਲ ਬਣਦਾ ਸੀ ਵੀ ਉਹਨੂੰ ਖਿੱਚਣਾ ਧੂਣਾ ਜਾਂ ਉਹ ਕਰਨਾ ਜਾਂ ਸਮਝਾਉਣਾ, ਅਸਲ 'ਚ ਉਹ ਇਹ ਗੱਲ ਨੂੰ ਸਮਝਦੇ ਹੁੰਦੇ ਆ ਵੀ ਯਾਰ ਇਹਦੇ ਨਾਲ ਕੀ ਆ ਹਨਾ, ਪਿੰਡ ਦਾ ਉਹ ਬੰਦਾ ਤੇ ਜਿਹੜੇ ਫੌਜੀ ਦਾ ਜਿਹੜਾ ਉਹਦੇ ਨਾਲ ਵਿਹਾਰ ਹੈ ਵੀ ਉਹਦੇ ਨਾਲ ਸਖਤ ਨਹੀਂ ਹੁੰਦਾ, ਉਹ ਨਰਮ ਹੋ ਜਾਂਦਾ, ਹਾਲਾਂਕਿ ਉਹ ਜੌਬ ਹੈਗੀ ਬਹੁਤ ਸਖਤੀ ਦੀ ਜੀ, ਪੂਰਾ ਦ੍ਰਿੜ ਇਰਾਦੇ ਵਾਲੀ, ਤੇ ਉਹ ਉਦੋਂ ਮੈਂ ਰੋਲ ਕਰਦਾ ਹੁੰਦਾ ਸੀ, ਉਹਨੇ ਬਾਅਦ 'ਚ ਮੈਨੂੰ ਕਿਹਾ ਕਰਨਾ ਕਹਿੰਦਾ ਯਾਰ ਕਦੇ ਕੋਈ ਗੱਲ ਹੁੰਦੀ ਸਰ ਤੁਸੀਂ ਪੂਰਾ ਉਹ ਹੋ ਜਾਂਦਾ ਸੀ ਵੀ ਮੈਨੂੰ ਤਾਂ ਤੂੰ ਢਿੱਲਾ ਢਿੱਲਾ ਜਿਹਾ ਲੱਗਦਾ ਹੁੰਦਾ ਸੀ ਵੀ ਰੈਲਾ ਜਿਹਾ ਲੱਗਦਾ ਸੀਗਾ ਵੀ ਉੱਥੇ ਐਂ ਲੱਗਦਾ ਸੀਗਾ ਵੀ ਜਿਵੇਂ ਵੀ ਇਹਦੇ ਤੋਂ ਜ਼ਿਆਦਾ ਵੀ ਸ਼ਰਮ ਸਾਵਧਾਨੀ ਨਹੀਂ ਕਰਦਾ ਕੋਈ, ਉਹ ਸ਼ੂ ਪਾਏ ਹੁੰਦੇ ਸੀ, ਉਹਨਾਂ ਸ਼ੂਆਂ ਦੀ ਵੀ ਗੱਲ ਹੈ, ਅੱਡੀ ਜਿਹੜੀ ਹੈ ਅਸੀਂ ਅੱਡੀ ਵਾਲੇ ਸ਼ੂ ਪਾਉਣੇ ਆ ਜੁੱਤੀ ਪਾਉਣੇ ਸਾਡੀ ਚਾਲ ਚ ਫਰਕ, ਸਹੀ ਗੱਲ ਬਿਲਕੁਲ ਸਹੀ ਹੈ, ਵਰਦੀ ਤਾਂ ਹੈ ਸੇਮ ਬਾਣੇ ਦਾ ਬਿਲਕੁਲ ਸਹੀ ਗੱਲ ਸੇਮ, ਜੇ ਕੋਈ ਦਸਤਾਰ ਸਜਾ ਲੈਂਦਾ ਮੈਨੂੰ ਯਾਦ ਮੇਰੇ ਫਾਦਰ ਸਾਹਿਬ ਜਦੋਂ ਮੇਰੇ ਕੋਲ ਇੱਥੇ ਆਉਂਦੇ ਸੀ ਮੈਂ ਪਰਨਾ ਬੰਨਦਾ ਸੀ, ਮੈਂ ਹਮੇਸ਼ਾ ਉਹਨਾਂ ਦੇ ਸਾਹਮਣੇ ਨੰਗੇ ਸਿਰ ਨਹੀਂ ਜਾਂਦਾ ਸੀ ਤੇ ਮੈਂ ਪਰਨਾ ਬੰਨ ਕੇ ਰਹਿੰਦਾ, ਉਹ ਪਰਨਾ ਬੰਨ ਕੇ ਅਲੱਗ ਹੀ ਫੀਲ ਹੁੰਦੀ ਤੇ ਜਿੱਦਾਂ ਹੁਣ ਅਸੀਂ ਕੁੜੀਆਂ ਸਿਰ ਤੇ ਚੁੰਨੀ ਲੈਂਦੀਆਂ ਤੇ ਉਹ ਇੱਕ ਫੀਲ ਔਰ ਇੱਕ ਔਰਾ ਹੀ ਅਲੱਗ ਕ੍ਰੀਏਟ ਹੋ ਜਾਂਦਾ, ਯੂ ਫੀਲ ਡਿਫਰੈਂਟ, ਚੰਗਾ ਲੱਗਦਾ ਹੈ ਸਿਰ ਤੇ ਚੁੰਨੀ ਲੈਣਾ। ਸੋ ਯਾ, ਸੋ ਮੈਮ ਮੂਵੀ ਦੇ ਜਦੋਂ ਸੈੱਟ ਤੇ ਜਾਂਦੇ ਆ ਹਨਾ ਉਦੋਂ ਉਸ ਕਰੈਕਟਰ ਦੇ ਵਿੱਚ ਆਉਣ ਲਈ ਵੀ ਥੋੜਾ ਟਾਈਮ ਚਾਹੀਦਾ ਹੁੰਦਾ ਹੈ ਨਾ ਕਿ ਫੀਲ ਆਵੇ ਉਹ ਸਾਰੀ ਹਨਾ, ਮੈਨੂੰ ਇਹ ਲੱਗਦਾ ਕਿ ਮੇਰੇ ਲਈ ਇਹ ਚੀਜ਼ਾਂ ਬਹੁਤ ਜਲਦੀ ਹੈਲਪ ਕਰ ਜਾਂਦੀਆਂ, ਕਿਹੜੇ ਮਾਹੌਲ 'ਚ ਆ ਮੈਂ ਉਹ ਬਹੁਤ ਹੈਲਪ ਕਰਦਾ ਮੇਰਾ ਮੂਡ ਸੈੱਟ ਕਰਨ ਦੇ ਵਿੱਚ, ਠੀਕ ਆ। ਮੈਂ ਜਦੋਂ ਕੱਪੜੇ ਪਾ ਲੈਂਦੀ ਹਾਂ, ਜੇ ਹੁਣ ਤੁਸੀਂ ਮੈਨੂੰ ਭਿਖਾਰੀ ਦੇ ਵੀ ਕੱਪੜੇ ਪਾ ਲਓਗੇ ਮੇਰੇ 'ਚ ਫੀਲ ਆਉਣੀ ਸ਼ੁਰੂ ਹੋ ਜੂਗੀ, ਮੈਨੂੰ ਮੇਰੇ ਔਰਾ ਕ੍ਰੀਏਟ ਹੋ ਜਾਂਦਾ ਹੈ ਜਾਂ ਮੈਂ ਖੁਦ ਕਰ ਲੈਂਦੀ, ਮੈਨੂੰ ਨਹੀਂ ਪਤਾ ਕਿੱਦਾਂ ਹੁੰਦਾ, ਬਟ ਬਹੁਤ ਮੈਨੂੰ ਇਹ ਚੀਜ਼ਾਂ ਇੰਪੋਰਟੈਂਟ ਲੱਗਦੀਆਂ ਨੇ ਕਿ ਜੇ ਮੈਨੂੰ ਮਿਲਣ ਇਹ ਜੇ ਮੈਂ ਕਿਰਦਾਰ ਕਰਦੀ ਹਾਂ ਤੇ ਸਾਰਾ ਸੈਟਅਪ ਹੋਵੇ, ਇਨਵਾਇਰਮੈਂਟ ਵੀ ਜਿੱਦਾਂ ਹੁਣ ਇਹਦੇ 'ਚ ਹੱਡਾ ਰੋੜੀ ਸੈਟਅਪ ਸੀ ਜਿਹੜਾ ਉਸ ਉਹਦੇ ਵਿੱਚ ਫੀਲ ਚਾਹੀਦਾ ਸੀ, ਉਹ ਆਪਣੇ ਆਪ ਹੀ ਕ੍ਰੀਏਟ ਇੱਕ ਵਾਈਬ ਕ੍ਰੀਏਟ ਹੋ ਗਈ ਇੱਥੇ, ਮਤਲਬ ਇੱਥੇ ਸਾਨੂੰ ਫੀਲ ਹੁੰਦਾ ਸੀਗਾ ਗੱਲਾਂ ਤੇ, ਸੇਕ ਨਿਕਲਦਾ ਸੀਗਾ ਕਿ ਅਸੀਂ ਕਿਹੜੇ ਮਾਹੌਲ 'ਚ ਹਾਂ, ਤੇ ਉਹ ਅੰਦਰੋਂ ਫਿਰ ਤੁਹਾਡੇ ਨਿਕਲਣੀ ਹੈ ਉਹ ਚੀਜ਼ ਨਾ। ਸੋ ਮੇਰੇ ਲਈ ਇਸ ਕਰੈਕਟਰ 'ਚ ਆਉਣਾ ਵਰਦੀ ਪਾ ਕੇ ਤਾਂ ਇੰਸਟੈਂਟ ਉਹ ਕੰਮ ਤਾਂ ਹੋ ਗਿਆ ਸੀਗਾ, ਬਟ ਉਸ ਤੋਂ ਬਾਅਦ ਹੁਣ ਡਾਇਲੋਗ ਡਿਲੀਵਰੀ, ਆਪਣੀ ਬੋਡੀ ਲੈਂਗੁਏਜ, ਜੈਸਚਰ, ਯੂ ਨੋ ਤੁਹਾਡੀ ਪਰਸਨੈਲਿਟੀ ਕਿੱਦਾਂ ਹੋਣੀ ਚਾਹੀਦੀ ਆ, ਸੋ ਉਹ ਸਾਰੀਆਂ ਚੀਜ਼ਾਂ ਤੇ ਫਿਰ ਥੋੜਾ ਜਿਹਾ ਟਾਈਮ ਲੱਗਦਾ ਆ, ਬਟ ਵਰਦੀ ਨੇ ਆਪਣਾ ਕੰਮ ਕਰਤਾ ਸੀਗਾ। ਸੋ ਇੱਕ ਨਾ ਕੁਐਸਚਨ ਤੁਹਾਡੇ ਦੋਨਾਂ ਤੋਂ ਕਿ ਭਾਜੀ ਜਿੱਦਾਂ ਆਪਾਂ ਐਕਟਿੰਗ ਆਪਾਂ ਨੂੰ ਆਉਂਦੀ ਹੈ ਹਨਾ, ਸਕ੍ਰਿਪਟ ਮਿਲ ਗਈ ਆਪਾਂ ਨੂੰ ਕਰੈਕਟਰ ਦੇ ਵਿੱਚ ਆਪਾਂ ਆ ਗਏ, ਪਰ ਜਿਹੜੇ ਕੋਸਚਿਊਮ ਹੁੰਦੇ ਆ ਜਿੱਦਾਂ ਦਾ ਕਰੈਕਟਰ ਹੁੰਦਾ ਉਦਾਂ ਦੇ ਕੋਸਚਿਊਮ ਹੁੰਦੇ ਆ, ਉਹ ਕਿੰਨੀ ਕੁ ਹੈਲਪ ਕਰਦੇ ਆ ਉਹ ਫੀਲ ਲਿਆਉਣ ਦੇ ਵਿੱਚ, ਜਾਂ ਫਿਰ ਕੋਈ ਐਕਟਰ ਆ ਉਹਨੂੰ ਕੋਸਚਿਊਮ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ, ਉਹਦੀ ਐਕਟਿੰਗ ਮਤਲਬ ਬਾਹਰ ਆ ਜਾਂਦੀ, ਉਹ ਲੋਕਾਂ ਨੂੰ ਉਦਾਂ ਵੀ ਉਸ ਮਾਹੌਲ ਦੇ ਵਿੱਚ ਬੰਨ ਕੇ ਰੱਖ ਸਕਦਾ। ਗੱਲਾਂ ਦੋਨੇ ਹੀ ਠੀਕ ਆ, ਪਰ ਜਿਵੇਂ ਹੁਣ ਗੱਲ ਕੀਤੀ ਫਿਰ ਉੱਥੇ ਮੈਨੂੰ ਚੰਗੀ ਗੱਲ ਲੱਗ ਰਹੀ ਆ ਵੀ ਲੇਅਰ ਇੱਕ ਚੱਲਦੀ ਪਈ ਆਪਣੀ ਕੱਪੜੇ ਦੀ ਜੀ, ਔਰ ਜਿਵੇਂ ਇਹ ਬਹੁਤ ਜਿਵੇਂ ਹੁਣ ਜਪ ਜੀ ਨੇ ਵੀ ਕਿਹਾ ਜਿਹੜਾ ਕੋਸਟਿਊਮ ਆ ਨਾ ਉਹ ਤੁਹਾਨੂੰ ਬਹੁਤ ਹੈਲਪ ਕਰਦਾ, ਇਨਹੈਂਸ ਕਰਦਾ। ਤੁਸੀਂ ਮੇਰੇ ਤੇ ਇਹਦੇ ਤੇ ਇੱਕ ਲਿਆ ਹੋਇਆ ਆਪਣਾ ਕੰਬਲ ਜਿਹਾ ਲਿਆ ਹੋਇਆ, ਮੈਨੂੰ ਪਤਾ ਵੀ 25 ਕੰਬਲ ਆਏ ਹੋਣੇ, ਨਹੀਂ ਨਹੀਂ ਫਿਰ ਉਹਦੇ 'ਚ ਨਾ ਇੱਕ ਥਾਂ ਤੋਂ ਉਹਨੂੰ ਦੇੜਿਆ ਸੀ ਥੋੜਾ ਜਿਹਾ, ਉਹ ਹਮੇਸ਼ਾ ਹੀ ਬੰਟੀ ਨੇ ਮੈਨੂੰ ਕਹਿਣਾ ਭਾਜੀ ਆਹ ਨਾ ਆਹ ਫਲੂਸੇ ਜਿਹਾ ਇੱਥੇ ਆਉਣਾ ਚਾਹੀਦਾ,
ਆ ਫਲੂਏ ਜਿਹੇ ਇੱਥੇ ਆਉਣੇ ਚਾਹੀਦੇ ਆ, ਉਹ ਆਉਂਦੀ ਆ। ਫਿਰ ਤੁਸੀਂ ਸ਼ੂ ਦੇਖਿਓ, ਉਹਦੇ ਜਿਹੜੇ ਸ਼ੂ ਪਾਏ ਹੋਏ, ਇੱਕ ਦਾ ਫੀਤਾ ਹੈਗਾ, ਇੱਕ ਦਾ ਫੀਤਾ ਹੈ ਨੀ, ਉਹਦੀ ਜਿਹੜਾ ਪਤਾਵਾ ਜਿਹਾ ਹੁੰਦਾ ਉਹ ਬਾਹਰ ਐਂ ਕਰਕੇ ਆ। ਅਸਲ ਚ ਉਹ ਸਮਝ ਆਵੇ ਕਿਸੇ ਨੂੰ ਨਾ ਆਵੇ, ਪਰ ਉਹ ਮੇਰੇ ਅੰਦਰ ਜਾਂ ਅਸੀਂ ਜਦੋਂ ਗੱਲ ਕਰਦੇ ਸਾਡੇ ਅੰਦਰ ਗੱਲ ਇਹ ਚੱਲਦੀ ਸੀ ਵੀ ਇਹ ਨਾ ਜਿਹੜਾ ਸਮਾਜ ਆ ਜਾਂ ਜਿਹਨਾਂ ਨੇ ਪਾਲੇ ਨੂੰ ਚੇਤਾ ਬਣਾ ਤਾ, ਉਹ ਉਦੋਂ ਉਹਨੂੰ ਸਮਝ ਨਹੀਂ ਹੈ, ਉਹ ਜੀਭ ਕੱਢਦਾ ਪਿਆ ਵੀ ਉਹਦਾ ਫੀਤਾ ਤਾਂ ਨਹੀਂ ਪਾਇਆ ਵੀ ਉਹ ਜੀਭ ਕੱਢਦਾ ਪਿਆ ਬੰਦਾ, ਹੈ ਨਾ। ਵੀ ਇੱਕ ਪਾਲਾ ਜਿਹਦੇ ਫੀਤੇ ਫੂਤੇ ਕਸੇ ਹੁੰਦੇ ਸੀ, ਇੱਕ ਚੇਤਾ, ਉਹ ਬੂਟ ਇਹ ਇੱਧਰਲਾ ਪੈਰ ਚੇਤੇ ਦਾ, ਹੈ ਨਾ। ਵੀ ਉਹ ਇਸ ਕਿਸਮ ਦਾ ਵੀ ਇਹ ਜਿੰਨੀਆਂ ਇਹ ਚੀਜ਼ਾਂ, ਜਿਵੇਂ ਵਾਰਨਿੰਗ ਚ ਆਪਾਂ ਚੱਪਲ ਵਾਲੀ ਗੱਲ ਸੀ, ਤੁਸੀਂ ਰੂੰ ਦੀ ਘਰੇ ਭਰਾਈ ਵੀ ਰਜਾਈ ਉੱਤੇ ਲੈ ਲਓ, ਉਹਦਾ ਨਿੱਘ ਹੀ ਹੋਰ, ਕਾਟਨ ਜ਼ਿਆਦਾ ਪਾਉਣੇ, ਸਿੰਥੈਟਿਕ। ਮੇਰਾ ਰੈਡੀਮੇਡ ਦਾ ਕੰਮ ਰਿਹਾ, ਇਸ ਮਸਲੇ 'ਚ ਤਾਂ ਮੈਨੂੰ ਨੌਲੇਜ ਹੀ ਬਹੁਤ ਹੈ। ਸਾਨੂੰ ਟਿਪਸ ਲੈਣੇ ਪੈਣੇ ਹੁਣ ਤੁਹਾਡੇ ਤੋਂ। ਬਿਲਕੁਲ। ਸੋ ਭਾਜੀ ਆਪਾਂ ਮੂਵੀ 'ਤੇ ਹੀ ਆਉਂਦੇ ਹਾਂ, ਲੋਕਾਂ ਨੂੰ ਇਹ ਦਿਮਾਗ ਦੇ ਵਿੱਚ ਮਾਇੰਡ ਸੈੱਟ ਆ ਕਿ ਤੁਹਾਡੀ ਜਿਹੜੀ ਪਹਿਚਾਣ ਆ ਉਹ ਵਾਰਨਿੰਗ ਤੋਂ ਬਾਅਦ ਜ਼ਿਆਦਾ ਲਾਰਜਸਟ ਆਡੀਅੰਸ ਤੱਕ ਬਣੀ, ਹੈ ਨਾ। ਪਰ ਤੁਹਾਨੂੰ ਕਦੋਂ ਲੱਗਿਆ ਕਿ ਮੈਂ ਹੁਣ ਲਾਰਜਸਟ ਆਡੀਅੰਸ ਨੂੰ ਕੈਪਚਰ ਕਰ ਰਿਹਾ ਜਾਂ ਉਹਨਾਂ ਦੇ ਦਿਲਾਂ ਦੇ ਵਿੱਚ ਹੁਣ? ਨਹੀਂ, ਮੈਨੂੰ ਕਦੇ ਐਂ ਨਹੀਂ ਲੱਗਿਆ ਵੀ ਮੈਂ ਬਹੁਤ ਲਾਰਜ ਚਾਹੁੰਦੇ ਕਰਕੇ। ਹਾਂ, ਵਾਰਨਿੰਗ ਤੋਂ ਬਾਅਦ ਮੇਰੀ ਇੱਕ ਪਹਿਚਾਣ ਬਣ ਗਈ, ਮੈਨੂੰ ਇੱਕ ਮੇਰੇ 'ਤੇ ਫੇਥ ਕਰਨ ਲੱਗ ਗਏ ਸਾਰੇ ਵੀ ਯਾਰ ਆਹ ਬੰਦੇ ਨੂੰ ਵੀ ਸਿੰਗਲ ਰੋਲ ਜਾਂ ਥੋੜ੍ਹਾ ਵੱਡਾ ਰੋਲ ਕਰਾਇਆ ਜਾ ਸਕਦਾ। ਔਰ ਚੇਤਾ ਸਿੰਘ ਦੀ ਇਹ ਖਾਸੀਅਤ ਹੈ, ਵਾਰਨਿੰਗ ਤੋਂ ਬਾਅਦ ਇਹ ਪਹਿਲੀ ਫਿਲਮ ਸੀਗੀ ਜਿਹੜੀ ਮੈਨੂੰ ਔਫਰ ਹੋਈ, ਔਰ ਸਿੰਗਲ ਵੀ ਲੀਡ ਦੇ ਉੱਤੇ, ਹੈ ਨਾ। ਔਡੀਅੰਸ, ਮੈਂ ਹੁਣ ਗਿਆ ਦਿੱਲੀ, ਗਏ ਸੀ ਅਸੀਂ ਉੱਥੇ ਨਾ ਦਿੱਲੀ ਸਿੱਖ ਪ੍ਰਬੰਧਕ ਗੁਰਦੁਆਰਾ ਸਾਹਿਬ, ਜਿਹੜੀ ਉੱਥੇ ਕਮੇਟੀ ਹੈ ਉਹਦੇ ਸਕੱਤਰ ਆ ਸ਼ਾਇਦ, ਨੋਨੀ ਵੀ ਰਹਿ, ਯੂਥ ਦਾ ਵੀ ਪੂਰਾ ਹੌਟ ਆ ਉਸ ਸਮੇਂ। ਮੈਂ ਉਹਨਾਂ ਉਹ ਮੈਨੂੰ ਫੜ ਕੇ ਲੈ ਗਿਆ ਸੀ, ਮੈਂ ਮੱਥਾ ਟੇਕਣ ਗਿਆ ਸੀ ਬੰਗਲਾ ਸਾਹਿਬ ਉੱਥੋਂ ਰਕਾਬਗੰਜ ਸਾਹਿਬ, ਅਤੇ ਉੱਥੋਂ ਮੈਨੂੰ ਲੈ ਗਏ ਫੜ ਕੇ। ਮੈਨੂੰ ਉਹ ਕਹਿੰਦੇ ਵੀ ਭਾਜੀ ਉੱਥੇ ਉਹ ਭਾਜੀ ਵੀ ਆ ਗਏ ਜਿਨ੍ਹਾਂ ਨੇ ਆਕਸੀਜਨ ਦਾ ਲੰਗਰ ਲਾਇਆ ਸੀਗਾ, ਉਹ ਗਾਂਧੀਆਂ ਫੋਨ ਹੁੰਦਾ ਰਿਹਾ ਅਤੇ ਉਹ ਸਾਰੇ ਜਣੇ ਆਉਂਦੇ ਰਹੇ। ਮੈਨੂੰ ਕਹਿੰਦੇ ਵੀ ਤੁਹਾਨੂੰ ਪਤਾ ਤੁਹਾਡੀ ਫੈਨ ਫੋਲੋਇੰਗ ਕਿੰਨੀ ਹੈ? ਮੈਂ ਕਿਹਾ ਵੀਰੇ ਵੀ ਮੈਨੂੰ ਨਹੀਂ ਪਤਾ, ਅਤੇ ਮੈਂ ਚਾਹੁੰਦਾ ਵੀ ਨਹੀਂਗਾ ਵੀ ਫੈਨ ਫੋਲੋਇੰਗ ਤੇ ਪਿਆਰ ਕਰਨ ਵਾਲਿਆਂ 'ਚ ਫਰਕ ਆ ਥੋੜਾ। ਪਹਿਲਾਂ ਵੀ ਗੱਲ ਕਰ ਰਹੇ ਸੀ ਕਿ ਇੰਸਟਾਗ੍ਰਾਮ ਤੇ ਤੁਸੀਂ ਜਾਂ ਸੋਸ਼ਲ ਮੀਡੀਆ ਤੇ ਘੱਟ ਰਹਿੰਦੇ ਹੋ, ਹੈ ਨਾ। ਤੇ ਇੱਕ ਆਹੋ ਮੈਂ ਤੈਨੂੰ ਦੱਸਿਆ ਵੀ ਮੇਰਾ ਉਹ ਸਸਪੈਂਡ ਕਰਤਾ ਸੀ, ਮੈਂ ਕਿਹਾ ਠੀਕ ਹੈ ਕਰਤਾ ਤੇ ਕਰਤਾ ਸੀ, ਤੁਹਾਡੀ ਚੀਜ਼ ਆ ਤੁਸੀਂ ਲੈ ਲਈ, ਪਰ ਇਹ ਤੁਹਾਡੀ ਚੀਜ਼ ਆ ਲੈ ਲਈ ਤੁਸੀਂ। ਜੀ ਜੀ, ਪਰ ਇਹ ਇੱਕ ਵਧੀਆ ਚੀਜ਼ ਹੁੰਦੀ ਹੈ ਕਿ ਇੱਕ ਆਰਟਿਸਟ ਹੁੰਦਾ ਜਿਹਦੀ ਸੋਸ਼ਲ ਮੀਡੀਆ ਤੇ ਜ਼ਿਆਦਾ ਉਹ ਐਕਟਿਵ ਰਹਿੰਦਾ ਤੇ ਉਹਦੀ ਆਡੀਅੰਸ ਸੋਸ਼ਲ ਮੀਡੀਆ ਤੱਕ ਰਹਿੰਦੀ ਹੈ, ਪਰ ਇੱਕ ਆਰਟਿਸਟ ਹੁੰਦਾ ਜਿਹੜੇ ਸੋਸ਼ਲ ਮੀਡੀਆ ਤੇ ਘੱਟ ਐਕਟਿਵ ਰਹਿੰਦੇ ਨੇ ਪਰ ਉਹ ਲੋਕਾਂ ਦੇ ਦਿਲਾਂ 'ਚ ਜ਼ਿਆਦਾ ਟਾਈਮ ਰਾਜ ਕਰਦੇ। ਇਹ ਹੈ, ਪਰ ਇਹਦੇ ਨਾਲ ਅਸੀਂ ਇਹਦੇ ਮੈਂ ਥੋੜ੍ਹੀ ਜਿਹੀ ਗੱਲ ਕਰੂੰ ਵੀ ਅਸੀਂ ਸੋਸ਼ਲ ਮੀਡੀਆ ਤੇ ਜਿਹੜੇ ਆਰਟਿਸਟ ਬਹੁਤ ਹਿੱਟ ਆ ਉਹਨਾਂ ਨੂੰ ਆਪਾਂ ਨੈਗਲੈਕਟ ਨਹੀਂ ਕਰ ਸਕਦੇ। ਜੀ ਜੀ, ਬਿਲਕੁਲ। ਜਦੋਂ ਅਸੀਂ ਪ੍ਰਮੋਸ਼ਨ ਕਰਨੀ ਹੈ ਜਾਂ ਕੁਛ ਕਰਨਾ, ਜਿਵੇਂ ਤੇਰਾ ਸੋਸ਼ਲ ਮੀਡੀਆ ਤੇ ਆ ਤੇ ਅਸੀਂ ਤੇਰੇ ਕੋਲ ਘਰੇ ਆਏ ਬੈਠੇ ਹਾਂ, ਅਸੀਂ ਉਹਨਾਂ ਦੇ ਮਗਰ ਮਗਰ ਫਿਰਦੇ ਰਹਿੰਦੇ ਭਾਜੀ ਇਹਨਾਂ ਨਾਲ ਇੰਟਰਵਿਊ ਕਰਾ ਦੇ ਨਾ ਕਰ ਦਿਓ, ਆਪਾਂ ਨੈਗਲੈਕਟ ਕੁਛ ਨਹੀਂ ਕਰ ਸਕਦੇ। ਉਹ ਆਪਦੀ ਥਾਂ ਦੇ ਠੀਕ ਆ, ਉਹਨਾਂ ਨੂੰ ਉਹ ਜੋਬ ਮਿਲੀ ਹੋਈ, ਜਿਹਨੇ ਹਲਵਾਈ ਦਾ ਕੰਮ ਕੀਤਾ ਉਹਦੀ ਆਪਦੀ ਜੋਬ, ਜਿਹਦਾ ਕਰਿਆਨੇ ਦਾ ਉਹਦੀ ਆਪਦੀ ਜੋਬ, ਲੈਣ 'ਚ ਬੂਟਾਂ ਵਾਲੀ ਦੁਕਾਨ ਵੀ ਹੁੰਦੀ ਆ, ਰੋਂਗ ਕੋਈ ਨਹੀਂ। ਇਹ ਕੰਮ ਹੈ ਅੱਡੋ ਅੱਡ, ਸਾਰੇ ਹੀ ਓਕੇ ਆ, ਹਰੇਕ ਬੰਦਾ ਆਪਦੇ ਕੰਮ 'ਚ ਮਿਹਨਤ ਕਰਦਾ ਪਿਆ। ਸੋ ਮੈਮ, ਇਹ ਜਿਹੜਾ ਕਰੈਕਟਰ ਸੀ, ਹੈ ਨਾ, ਇਹ ਤੁਸੀਂ ਨਿਭਾਇਆ ਅਤੇ ਉਹ ਐਕਸਪੀਰੀਅੰਸ ਤੁਹਾਡੇ ਸਾਹਮਣੇ ਆ ਨਾ, ਅਤੇ ਬਾਕੀ ਹੋਰ ਵੀ ਕਾਫੀ ਕਰੈਕਟਰ ਤੁਸੀਂ ਨਿਭਾਏ ਆ, ਫਰਕ ਲੱਗਿਆ ਐਕਟਿੰਗ ਵਾਈਜ਼ ਵੀ? ਆਫਕੋਰਸ ਫਰਕ ਬਹੁਤ ਲੱਗਾ, ਕਿਉਂਕਿ ਇਹ ਜੋਨਰ ਹੀ ਡਿਫਰੈਂਟ ਹੈਗਾ। ਮੈਂ ਥ੍ਰਿਲਰ ਪਹਿਲਾਂ ਕਦੀ ਨਹੀਂ ਕੀਤੀ, ਇੱਦਾਂ ਦੀ ਰਿਵੈਂਜ ਸਸਪੈਂਸ ਸਟੋਰੀ ਇੰਨਾ ਡਾਰਕ ਸਿਨੇਮਾ ਨਹੀਂ ਕੀਤਾ ਮੈਂ, ਔਰ ਮੈਂ ਜਾਣ ਬੁੱਝ ਕੇ ਇੱਧਰ ਇਹ ਸਟੈਪ ਲਿਆ। ਵੈਸੇ ਤੁਹਾਨੂੰ ਪਸੰਦ ਹੈ ਸਸਪੈਂਸ ਥ੍ਰਿਲਰ? ਮੈਨੂੰ ਹਰ ਤਰ੍ਹਾਂ ਦਾ ਸਿਨੇਮਾ ਪਸੰਦ ਹੈ, ਬਿਕੋਜ਼ ਮੈਂ ਐਕਟਰ ਹਾਂ। ਜੇ ਮੈਨੂੰ ਨਹੀਂ ਪਸੰਦ ਹੋਊਗਾ ਤਾਂ ਮੈਨੂੰ ਆਪਣੀ ਕਾਬਲੀਅਤ ਦਾ ਪਤਾ ਨਹੀਂ ਲੱਗੂਗਾ ਵੀ ਮੈਂ ਵਾਕਈ ਐਕਟਰ ਹਾਂ, ਕਿ ਮੈਂ ਮਤਲਬ ਬਹੁਤ ਬਾਇਸ ਤੇ ਇੱਕੋ ਹੀ ਲੀ ਤੇ ਚੱਲਣ ਵਾਲਾ ਐਕਟਰ ਹਾਂ, ਹੈ ਨਾ। ਆਬਜ਼ਰਵੇਸ਼ਨ ਵੀ ਹੋਣੀ ਚਾਹੀਦੀ। ਜੀ ਬਿਲਕੁਲ। ਐਂਡ ਸੋ ਮੈਂ ਕਿੰਨੀ ਕੁ ਵਰਸਟਾਈਲ ਹਾਂ ਤਾਂ ਮੈਨੂੰ ਕੰਮ ਕਰਕੇ ਪਤਾ ਚੱਲੇਗਾ, ਹੈ ਨਾ। ਔਰ ਮੈਂ ਜਾਣ ਬੁੱਝ ਕੇ ਥੋੜ੍ਹਾ ਜਿਹਾ ਆਪਣੀ ਜਿਹੜੀ ਨੋਰਮਲ ਜਿਹੜੀ ਇੱਕ ਚੱਲਦੀ ਆ ਰੂਟੀਨ, ਉਹ ਤੋਂ ਹਟ ਕੇ ਕਿਰਦਾਰ ਤਾਂ ਹੀ ਮੈਂ ਚੂਜ਼ ਕੀਤਾ। ਅੱਛਾ ਰਿਹਾ ਐਕਸਪੀਰੀਅੰਸ, ਕਿਉਂਕਿ ਕੈਨਵਸ ਬਹੁਤ ਡਿਫਰੈਂਟ ਆ ਫਿਲਮ ਦਾ, ਜੇ ਤੁਸੀਂ ਦੇਖੋ ਨਾ, ਤੇ ਜਿਹੜੇ ਅਸਥੈਟਿਕਲੀ ਜਦੋਂ ਤੁਸੀਂ ਦੇਖੋਗੇ, ਜਿੱਦਾਂ ਹੱਡਾ ਰੋੜੀ ਦਾ ਬਾਰ ਬਾਰ ਮੈਂਸ਼ਨ ਆਉਂਦਾ ਆ, ਉਹ ਇਸ ਕਰਕੇ ਹੀ ਹੁੰਦਾ ਕਿਉਂਕਿ ਕਦੀ ਵੀ ਪਹਿਲਾਂ ਤੁਸੀਂ ਵੀ ਆਈ ਐਮ ਸ਼ੋਰ ਪੰਜਾਬੀ ਫਿਲਮ 'ਚ ਕਿਸੇ 'ਚ ਇਹ ਸੈਟਅਪ ਨਹੀਂ ਦੇਖਿਆ ਹੋਊਗਾ ਹੱਡਾ ਰੋੜੀ ਵਾਲਾ। ਬਿਲਕੁਲ। ਤੇ ਜਿੱਥੇ ਮਰੇ ਹੋਏ ਜਾਨਵਰ ਯੂਨੋ ਪਏ ਆ, ਤੇ ਉਹਨਾਂ ਦੇ ਵਿੱਚ ਤੁਸੀਂ ਯੂਨੋ ਵੀ ਖੜ ਕੇ ਕੰਮ ਕਰਨਾ ਆ,
ਮੇਰਾ ਪੁਲਿਸ ਆਫਿਸਰ ਦਾ ਸੀਗਾ ਸੋ ਮੈਂ ਪਰ ਉਹ ਲੱਗਦੇ ਅਸਲੀ ਸੀ ਉਹੀ ਨਾ ਉਹੀ ਆਰਟ ਵਾਲੇ ਐਡੇ ਕੈਨ ਸੀ ਬੰਦੇ ਉਹਨਾਂ ਨੇ ਬਹੁਤ ਸੋਹਣਾ ਕੰਮ ਬਿਲਕੁਲ ਜਿੱਦਾਂ ਪਹਿਲੇ ਦਿਨ ਗਏ ਐ ਲੱਗਦਾ ਸੀ ਵੀ ਅਸਲੀ ਰੱਖੀ ਬੈਠੇ ਅਸਲੀ ਰੱਖੀ ਬੈਠੇ ਆ ਸੋ ਮਤਲਬ ਇਦਾਂ ਦੀ ਫਿਲਮ ਮੈਂ ਪਹਿਲਾਂ ਕਦੀ ਕੀਤੀ ਨਹੀਂ ਜਦੋਂ ਤੁਸੀਂ ਕੁਛ ਹਟ ਕੇ ਕਰਦੇ ਹੋ ਤੇ ਫਿਰ ਤੁਹਾਡਾ ਦਿਮਾਗ ਵੀ ਖੁੱਲਦਾ ਆ ਤੁਹਾਨੂੰ ਚੈਲੰਜਸ ਮਿਲਦੇ ਆ ਤੁਹਾਨੂੰ ਸੋਚਣਾ ਪੈਂਦਾ ਆ ਕਿ ਮੈਂ ਫਿਰ ਹੁਣ ਇੱਥੇ ਕੀ ਕਰਨਾ ਕਿਉਂਕਿ ਪਹਿਲਾਂ ਤੇ ਮੈਂ ਕੀਤਾ ਨਹੀਂ ਆਈ ਕੈਂਡੀ ਰੋਲ ਕਰਕੇ ਉਹ ਗੱਲ ਖਤਮ ਹੋ ਗਈ ਆ ਫਿਰ ਮੈਂ ਇਹ ਐਕਚੁਅਲੀ ਇਹ ਵਾਲੀ ਜਰਨੀ ਦੀ ਸਟਾਰਟ ਸਨ ਆਫ ਮਨਜੀਤ ਸਿੰਘ ਤੋਂ ਸ਼ੁਰੂ ਹੋਈ ਸੀਗੀ ਉਹਦੇ 'ਚ ਮੈਂ ਡਾਂਸਰ ਦਾ ਕਿਰਦਾਰ ਜਾਣਬੁੱਝ ਕੇ ਹੀ ਕੀਤਾ ਸੀਗਾ ਕਿ ਮੈਂ ਹੁਣ ਕੁਛ ਹਟ ਕੇ ਕੈਰੈਕਟਰ ਟਾਈਪਸ ਜਿਹ 'ਚ ਮੈਨੂੰ ਚੈਲੰਜ ਮਿਲੇ ਕਿ ਮੈਂ ਜਪਜੀ ਨਾ ਲੱਗਾ ਮਤਲਬ ਮੈਂ ਉਹ ਕੈਰੈਕਟਰ ਲੱਗਾ ਸੋ ਜੇ ਮੈਂ ਡਾਂਸਰ ਹਾਂ ਤੇ ਮੈਂ ਡਾਂਸਰ ਲੱਗਾ ਜੇ ਮੈਂ ਪੁਲਿਸ ਵਾਲੀ ਹਾਂ ਤੇ ਪੁਲਿਸ ਵਾਲੀ ਇਹ ਕੋਸ਼ਿਸ਼ ਹੁੰਦੀ ਆ ਬਾਕੀ ਅੱਗੇ ਤੇ ਸਾਰਿਆਂ ਦੇ ਹੱਥ 'ਚ ਆ ਵੀ ਕਿੰਨਾ ਕੁ ਅਸੀਂ ਉਹ ਕੋਸ਼ਿਸ਼ ਤੇ ਉਤਰੇ ਆ ਤੇ ਮੈਮ ਇਨਸਿਕਿਉਰ ਫੀਲ ਹੁੰਦਾ ਕਦੇ ਕਿ ਯਾਰ ਮੈਂ ਐਕਸਪੈਰੀਮੈਂਟ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਪਰ ਇਨਸਿਕਿਉਰ ਫੀਲ ਹੁੰਦਾ ਕਿ ਯਾਰ ਮੈਨੂੰ ਉਦਾਂ ਦੇ ਕਰੈਕਟਰ ਵੀ ਲੋਕ ਪਸੰਦ ਕਰਨਗੇ ਜਾਂ ਨਹੀਂ ਜਾਂ ਐਕਸਪੈਰੀਮੈਂਟ ਜ਼ਰੂਰੀ ਹੁੰਦਾ ਇੱਕ ਆਰਟਿਸਟ ਲਈ ਅਸੀਂ ਇਹ ਪਰਸਨਲ ਚੋਇਸ ਹੈਗੀ ਹੈ ਕਈ ਲੋਕ ਸੇਫ ਚੱਲਣਾ ਚਾਹੁੰਦੇ ਆ ਕਈ ਲੋਕ ਐਕਸਪੈਰੀਮੈਂਟ ਕਰਦੇ ਨੇ ਸੋ ਆਈ ਥਿੰਕ ਇਟਸ ਇਹਦੇ ਤੇ ਆਪਾਂ ਕੋਈ ਕਿੰਤੂ ਪਰੰਤੂ ਨਹੀਂ ਕਰ ਸਕਦੇ ਮੈਂ ਆਪਣੀ ਗੱਲ ਕਰ ਸਕਦੀ ਹਾਂ ਕਿ ਮੈਂ ਐਕਸਪੈਰੀਮੈਂਟ ਕਰਨਾ ਲਾਈਕ ਕਰਦੀ ਹਾਂ ਹੁਣ ਜਿੱਦਾਂ ਸਾਡੀ ਵਿੱਚੇ ਹੁਣ ਬਲੈਕੀਆ 2 ਦੀ ਵੀ ਥੋੜੀ ਉਹਦੇ ਵਿੱਚ ਕਿਰਦਾਰ ਬਹੁਤ ਕਮਾਲ ਮੈਂ ਫੋਟੋ ਦੇਖੀ ਪੋਸਟਰ ਦੇ ਵੀਰੇ ਨੇ ਮੈਨੂੰ ਦਿਖਾ ਸੀ ਉਹ ਮੈਨੂੰ ਪਸੰਦ ਹੀ ਬੜਾ ਕਰੈਕਟਰ ਥੈਂਕ ਯੂ ਤੇ ਉਹਦੇ ਚ ਵੀ ਹੁਣ ਕੁਝ ਡਿਫਰੈਂਟ ਕਰਨ ਦੀ ਕੋਸ਼ਿਸ਼ ਕੀਤੀ ਉਹ ਤੁਸੀਂ ਲੁੱਕ ਦੇਖੋਗੇ ਤੇ ਤੁਸੀਂ ਕਹੋਗੇ ਕਿ ਵਾਕਈ ਹਾਂ ਇਹ ਤਾਂ ਹੁਣ ਤਾਂ ਬਿਲਕੁਲ ਪੁਲਿਸ ਵਾਲੀ ਤੋਂ ਬਿਲਕੁਲ ਅਲੱਗ ਗਿਆ ਇਹ ਸੋ ਐਕਸਪੈਰੀਮੈਂਟਸ ਕਰਨਾ ਮੈਨੂੰ ਪਸੰਦ ਆ ਫਿਰ ਮੈਂ ਬੋਰ ਨਹੀਂ ਹੁੰਦੀ ਨਹੀਂ ਤਾਂ ਫਿਰ ਮੈਂ ਬੋਰ ਹੋ ਜਾਂਦੀ ਇੱਕੋ ਤਰ੍ਹਾਂ ਦਾ ਕਰੈਕਟਰ ਕਰਕੇ ਕੁਝ ਚੈਲੰਜ ਜਿਹਾ ਨਹੀਂ ਮਿਲਦਾ ਸੋ ਦੈਟ ਇਜ਼ ਦ ਥਿੰਗ ਵੈਸੇ ਨਾ ਮੈਂ ਤੈਨੂੰ ਕਹਿ ਦਿੰਦਾ ਵੀ ਐਕਸਪੈਰੀਮੈਂਟ ਵੀ ਤੁਸੀਂ ਕਹਿੰਦੇ ਵੀ ਕੀ ਤੁਹਾਨੂੰ ਆਇਡਾ ਲੱਗਦਾ ਜੇ ਆਪਾਂ ਚੱਲੀਏ ਮੈਨੂੰ ਕੀ ਲੱਗਦਾ ਹੁੰਦਾ ਵੀ ਜਦੋਂ ਜਿਵੇਂ ਹੁਣ ਤੁਸੀਂ ਕੰਮ ਕੀਤਾ ਤੇ ਜਦੋਂ ਤੁਸੀਂ ਸ਼ੁਰੂ ਕੀਤਾ ਹੋਊਗਾ ਵੀ ਇੱਕ ਬੰਦਾ ਉੱਥੇ ਰਾਜਸਥਾਨ ਰਹਿੰਦਾ ਤੁਸੀਂ ਦੱਸਿਆ ਵੀ ਆਪਾਂ ਗਦਰੀ ਯੋਧੇ ਵੇਲੇ ਕਿਤੇ ਮਿਲਿਆ ਸੀ ਉਦੋਂ ਨਿਕੂ ਸੀ ਛੋਟਾ ਸੀ ਸਟੱਡੀ ਕਰਦਾ ਮੇਰੇ ਮਾਈਂਡ ਸੀ ਸੋਰੀ ਭਾਜੀ ਮੈਂ ਗੱਲ ਕਰਦਾ ਮੇਰੇ ਮਾਈਂਡ ਸੀ ਕਿ ਮੈਂ ਭਾਜੀ ਦਾ ਪੋਡਕਾਸਟ ਕਰੂੰਗਾ ਇੰਟਰਵਿਊ ਟਾਈਪ ਕਿ ਮੈਂ ਹੋਸਟ ਬਣਨਾ ਸ਼ੁਰੂ ਤੋਂ ਤੇ ਮੈਂ ਭਾਜੀ ਨਾਲ ਗੱਲ ਜਦੋਂ ਤੂੰ ਉਹ ਕੀਤਾ ਮਨ ਚ ਧਾਰਿਆ ਤੇ ਤੁਹਾਡੇ ਉੱਥੇ ਮਤਲਬ ਘਰਾਂ ਚ ਕੋਈ ਨੀ ਹੋਣਾ ਇਹਦਾ ਤੇ ਐਕਸਪੈਰੀਮੈਂਟ ਹੀ ਸੀ ਉਹ ਕਾਮਯਾਬ ਹੋਇਆ ਕਿ ਨਹੀਂ ਅਗਲੀ ਗੱਲ ਚ ਮੈਂ ਤੁਹਾਡੀ ਗੱਲ ਕਰੂੰਗੀ ਕੰਫਰਟ ਜ਼ੋਨ ਦੀ ਤੇ ਤੁਸੀਂ ਮੈਂ ਤੁਹਾਡੇ ਨਾਲ ਦੇਖ ਰਹੀ ਤੁਸੀਂ ਉਹੀ ਸ਼ਬਦ ਬੋਲਦਾ ਇਹੀ ਅਟੈਚਮੈਂਟ ਹੁੰਦੀ ਹੈ ਬੌਂਡਿੰਗ ਕੋਈ ਹੈ ਨਹੀਂ ਤੁਸੀਂ ਕੰਫਰਟ ਜ਼ੋਨ ਤੇ ਹੀ ਆਓ ਹੁਣ ਤੁਸੀਂ ਮੈਂ ਕੰਫਰਟ ਜ਼ੋਨ ਤੇ ਆਵਾਂ ਮੈਂ ਕਿਹਾ ਜੇ ਆਪਾਂ ਕੰਫਰਟ ਜ਼ੋਨ ਚੋਂ ਬਾਹਰ ਨਹੀਂ ਨਿਕਲਾਂਗੇ ਤੇ ਆਪਾਂ ਗਰੋ ਨਹੀਂ ਕਰ ਪਾਵਾਂਗੇ ਸੋ ਅਗਰ ਤੁਸੀਂ ਲਾਈਫ ਚ ਗਰੋ ਕਰਨਾ ਹੈ ਤੇ ਤੁਹਾਨੂੰ ਆਪਣਾ ਜਿਹੜਾ ਕੰਫਰਟ ਜ਼ੋਨ ਆ ਨਾ ਉਹ ਚੋਂ ਬਾਹਰ ਨਿਕਲਣਾ ਹੀ ਪੈਣਾ ਆ ਠੀਕ ਹੈ ਨਾ ਰਿਸਕ ਤੁਹਾਨੂੰ ਲੈਣੇ ਹੀ ਪੈਣੇ ਆ ਅਦਰਵਾਈਜ਼ ਫਿਰ ਤਾਂ ਉਹੀ ਲਾਈਫ ਜਿਹੜੀ ਚੱਲ ਰਹੀ ਉਹੀ ਚੱਲੇਗੀ ਜੇ ਤੁਸੀਂ ਕੁਝ ਨਵਾਂ ਕਰਨਾ ਚਾਹੁੰਦੇ ਹੋ ਤਾਂ ਗੈਟ ਆਊਟ ਆਫ ਯੋਰ ਕੰਫਰਟ ਜ਼ੋਨ ਸੋ ਭਾਜੀ ਮੈਂ ਪੁੱਛ ਰਿਹਾ ਸੀ ਕਿ ਤੁਸੀਂ ਪਹਿਲਾਂ ਤੋਂ ਮਾਈਂਡ ਸੈਟ ਤੁਹਾਡਾ ਸੀਗਾ ਕਿ ਮੈਂ ਇਦਾਂ ਦੇ ਕਰੈਕਟਰ ਕਰਨੇ ਆ ਜਿੱਦਾਂ ਦੇ ਹੁਣ ਤੁਹਾਡੇ ਕੰਟੀਨਿਊ ਕਰੈਕਟਰ ਆ ਰਹੇ ਆ ਅੱਛਾ ਮੈਂ ਕੋਈ ਬਾਹਲੀਆਂ ਫਿਲਮਾਂ ਤਾਂ ਕੀਤੀਆਂ ਨਹੀਂ ਵਾਰਨਿੰਗ ਆਈ ਆ ਇੱਕ ਦੋ ਮੈਂ ਹੋਰ ਕੀਤੀਆਂ ਹੋਣੀਆਂ ਉਦੋਂ ਬਾਅਦ ਵਾਰਨਿੰਗ 2 ਆ ਜੀ ਇੱਕੋ ਤਰ੍ਹਾਂ ਦਾ ਕੁਛ ਨਹੀਂ ਉਦੋਂ ਪਹਿਲਾਂ ਮੈਂ ਕਾਮੇ ਕਰਦਾ ਹੀ ਵੇਚਦੀ ਸਿੱਧੂ ਆਫ ਸਾਊਥ ਹਾਲ ਉਹ ਫਿਲਮ ਰਹਿੰਦੀ ਕਿਵੇਂ ਆ ਉਹਦਾ ਤਾਂ ਪਤਾ ਨਹੀਂ ਪਰ ਉਹਦੇ 'ਚ ਮੈਂ ਕਰੈਕਟਰ ਜ਼ਰੂਰ ਅਲੱਗ ਕੀਤਾ ਸੀ ਕਮਲ ਹਸਨ ਸਾਹਿਬ ਦੀ ਫਿਲਮ ਸੀਗੀ ਪੁਸ਼ਪਕ ਸਾਡੇ ਸੀਨੀਅਰ ਜਿਹੜੇ ਸੀਗੇ ਉਹਨਾਂ ਨੇ ਸਭ ਤੋਂ ਪਹਿਲਾਂ ਸਾਨੂੰ ਕਿਹਾ ਵੀ ਤੁਸੀਂ ਜੇ ਇੱਧਰ ਆਉਣਾ ਜਾਂ ਇੱਧਰ ਨੂੰ ਚੱਲਣਾ ਵੀ ਉਹ ਜ਼ਰੂਰ ਦੇਖੋ ਵੀ ਉਹ ਮੂਕ ਫਿਲਮ ਹੈ ਉਹਦੇ 'ਚ ਇੱਕ ਵੀ ਡਾਇਲੋਗ ਹੈ ਨਹੀਂ ਔਰ ਉਹ ਕਮਲ ਹਸਨ ਸਾਹਿਬ ਨੇ ਤੁਸੀਂ ਦੇਖ ਲਓ ਵੀ ਉਦੋਂ ਵੀ ਅਸੀਂ VCR 'ਤੇ ਲਿਆ ਕੇ ਦੇਖੀ ਸੀ ਜੇ ਅਸੀਂ ਉਦੋਂ ਦੇਖਦੇ ਸੀ ਕੈਸੀ ਫਿਲਮ ਹੋਊਗੀ ਤੋ ਸੇਮ ਹੀ ਹੈ ਕੋਈ ਇੱਕੋ ਜਿਹਾ ਨਹੀਂ ਹੈਗਾ ਵੀ ਮੈਂ ਇੱਕੋ ਜਿਹਾ ਕਰਦਾ ਪੈ ਜਾਵਾਂ ਹਾਂ ਇੱਕ ਬੰਦੇ ਦਾ ਮਾਹੌਲ ਬਣ ਜਾਂਦਾ ਵੀ ਉਹ ਤੁਸੀਂ ਜਦੋਂ ਉੱਧਰ ਨੂੰ ਚੱਲਦੇ ਹਾਂ ਤਾਂ ਆਡੀਅੰਸ ਪਸੰਦ ਕਰਦੀ ਜਿਵੇਂ ਮੈਂ ਪਿੱਛੇ ਇੱਕ ਕਮੇਡੀ ਕੀਤੀ ਉਵੇਂ ਮੈਨੂੰ ਇੰਨੇ ਮੈਸੇਜ ਆਏ ਕਹਿੰਦੇ ਬਾਈ ਤੂੰ ਉਵੇਂ ਹੀ ਠੀਕ ਲੱਗਦਾ ਤੂੰ ਨਾ ਐਵੇਂ ਐਂ ਕਰਕੇ ਜੇ ਆ ਯਾਰ ਪਰ ਜ਼ੋਰ ਬਹੁਤ ਲਾਈਦਾ ਐਕਤੀ ਤੁਸੀਂ ਜਦੋਂ ਫਿਲਮ ਦੇਖੋਗੇ ਨਾ ਜੇਤਾ ਸਿੰਘ ਇਹ ਜਿੰਨੇ ਭੁਲੇਖੇ ਆ ਵੀ ਟ੍ਰੇਲਰ ਨੂੰ ਦੇਖ ਕੇ ਉਹ ਸਾਰੇ ਭੁਲੇਖੇ ਤੁਹਾਡੇ ਇਹ ਨਹੀਂ ਮੈਂ ਕਹਿੰਦਾ ਭੁਲੇਖੇ ਟੁੱਟ ਜਾਣਗੇ ਇਹੋ ਜਿਹੇ ਨਾ
ਤੁਹਾਨੂੰ ਸਵਾਦ ਆਊਗਾ। ਭਾਜੀ ਮੂਵੀ 'ਚ ਤੁਹਾਡੀ ਕੈਮਿਸਟਰੀ ਬਹੁਤ ਵਧੀਆ ਲੱਗ ਰਹੀ ਹੈ ਨਾ, ਤੁਹਾਡਾ ਵੈਸੇ ਰੀਅਲ ਲਾਈਫ ਦੇ ਵਿੱਚ ਕਦੇ ਵਾਹ ਪਿਆ ਪੁਲਿਸ ਵਾਲਿਆਂ ਦੇ ਨਾਲ, ਕੋਈ ਇੱਦਾਂ ਦਾ ਪੰਗਾ ਪਿਆ? ਨਾਟਕਾਂ ਵਾਲੇ ਥੀਏਟਰ ਵਾਲੇ ਤੇ ਵਾਹ ਨਾ ਪਵੇ। ਕਿਹੜਾ ਨਾ ਜੈਤੋ ਸੀਗਾ ਪ੍ਰੋਗਰਾਮ। ਅੱਛਾ ਜੀ। ਅਸੀਂ ਨਾਟਕ ਕਰਨਾ ਸੀਗਾ, ਨਾਕੇ ਲੱਗਦੇ ਥੀਏਟਰ ਵਾਲਿਆਂ ਕੋਲੇ, ਉਵੇਂ ਹੁੰਦਾ। ਅਸੀਂ ਮੋਟਰਸਾਈਕਲ ਤੇ ਸੀਗੇ ਚਾਰ ਜਣੇ ਤੇ ਸਾਨੂੰ ਰੋਕ ਲਿਆ ਬਾਹਰ ਬਾਹਰ ਜੈਤੋ ਤੋਂ। ਨਾਟਕ ਅੰਦਰ ਮੰਡੀ ਚ ਚਲੇ ਜਾਂਦੇ, ਸਾਡੀ ਵਾਰੀ ਅਨਾਊਂਸ ਵੀ ਹੋਈ ਜਾਂਦੇ ਨੇ। ਓਕੇ। ਉਹ ਰੋਕ ਲਿਆ, ਹੁਣ ਗੱਲ ਰੋਂਗ ਤਾਂ ਰੋਂਗ ਹੀ ਹੈ। ਹਾਂਜੀ। ਉਹ ਕਹਿੰਦੇ ਵੀ ਆਜੋ ਵੀ ਥੱਲੇ ਉਤਰਿਆ ਕਰਨਾ, ਇੱਧਰ ਆਜੋ। ਚਾਰ ਜਣੇ ਬੈਠੇ ਨੇ, ਮੈਂ ਕਿਹਾ ਜੀ ਅਸੀਂ ਨਾਟਕ ਕਰਨ ਜਾਣਾ ਸੀਗਾ। ਨਿੱਕੇ ਨਿੱਕੇ ਹੀ ਸੀ ਅਸੀਂ। ਕਹਿੰਦੇ ਝੂਠ ਬੋਲਦੇ। ਮੈਂ ਕਿਹਾ ਨਹੀਂ ਝੂਠ ਨਹੀਂ ਬੋਲਦੇ। ਕਹਿੰਦੇ ਕੀ ਨਾਟਕ ਸੀ? ਮੈਂ ਕਿਹਾ ਜੀ ਹਾਂਜੀ। ਕਹਿੰਦੇ ਕਰਕੇ ਦਿਖਾਓ। ਅੱਛਾ। ਅਸੀਂ ਲੱਗ ਗਏ ਕਰਨ, ਅਸੀਂ ਕਰਨ ਲੱਗ ਗਏ। ਉਧਰੋਂ ਆਵਾਜ਼ ਉਵੇਂ, ਕਹਿੰਦੇ ਚੱਲ ਪੰਜ ਕੁ ਮਿੰਟ ਦਸ ਮਿੰਟ ਸਾਡਾ ਨਿਕਲ ਗਿਆ ਸੀ ਟਾਈਮ ਉਧਰੋਂ। ਕਹਿੰਦੇ ਚੱਲ ਬਸ ਕਰੋ। ਮੈਂ ਕਿਹਾ ਜੀ ਹੁਣ ਦੇਖ ਹੀ ਲਓ, ਉੱਥੇ ਦਾ ਟਾਈਮ ਨਿਕਲ ਗਿਆ। ਅਸੀਂ ਸਾਰਾ ਨਾਟਕ ਉੱਥੇ 20 ਮਿੰਟਾਂ ਦਾ ਸੀ ਬੱਚਿਆਂ ਦਾ, ਉਹ ਉੱਥੇ ਹੀ ਅਸੀਂ ਕਰਕੇ। ਟੋਨੀ ਬਾਦਸ਼ ਭਾਜੀ ਨੇ ਸਾਨੂੰ ਤਿਆਰ ਕਰਾਇਆ ਸੀ। ਕਈ ਜਣੇ ਨੇ ਉਹੀ ਲਾ ਦਿੰਦੇ ਆ, ਮੈਨੂੰ ਬੜਾ ਉਹ ਆਉਂਦਾ ਹੁੰਦਾ। ਵੈਸੇ ਮੈਨੂੰ ਕਦੇ ਆਏ ਨੀ, ਪਰ ਉਹਦੇ ਥੱਲੇ ਮੈਨੂੰ ਇੰਨੀ ਸ਼ਰਮ ਆਵੇ ਥੱਲੇ। ਇੱਕ ਜਣਾ ਕਹਿੰਦਾ ਅਸੀਂ ਤਾਂ ਡਰੇ ਨੀ, ਕਹਿੰਦੇ ਕੰਬ ਗਿਆ ਸਾਊਥ, ਕਹਿੰਦੇ ਅਸੀਂ ਤਾਂ ਕੰਬੇ ਨੀ। ਫੇਰ ਇੱਕ ਜਣੇ ਨੇ, ਉਹ ਵੀ ਠੀਕ ਸੀ ਬੇਚਾਰਾ, ਦੂਜੇ ਨੇ ਕਮੈਂਟ ਕੀਤਾ ਕਹਿੰਦਾ ਅੱਲਾ ਕੰਬਣਾ ਕੀ ਆ, ਕਮੇਡੀ ਵਾਲੇ ਨੂੰ ਤਾਂ ਹੀਰੋ ਲਈ ਫਿਰਦੇ ਆ ਤੁਸੀਂ। ਤੇ ਉਹ ਚਲੋ ਵਾਰ ਦੀ ਥਾਂ ਦੇ ਵੀ ਠੀਕ ਆ, ਉਹ ਕਮੇਡੀ ਵਾਲਾ ਹੀ ਸੀ, ਮੈਂ ਨਿੱਕ ਨਿੱਕੇ ਰੋਲ ਹੀ ਕਰਦਾ ਸੀਗਾ। ਪਰ ਵੀ ਇਹੋ ਜਿਹਾ ਇਹਦਾ ਨਾ ਆਰਟਿਸਟ ਦੇ ਜਾਂ ਜਿਹੜਾ ਉਹਦੇ ਵਿੱਚ ਆ, ਦੇਖੋ ਉਹਨੇ ਕੀ ਕਿਹਾ, ਔਰ ਬੰਦੇ ਦੀ ਸਾਈਕੀ ਹੋ ਜਾਂਦੀ ਵੀ ਇਹਨੇ ਕੁਛ ਗਲਤ ਕਿਹਾ ਹੋਊਗਾ। ਇਹ ਕਿੱਸੇ ਹੁੰਦੇ ਰਹਿੰਦੇ ਆ ਵੈਸੇ ਆਮ, ਹਰ ਇੱਕ ਦੇ ਨਾਲ ਹੁੰਦੇ ਆ। ਮੈਂ ਭਾਜੀ ਤੁਹਾਡੀ ਕਮੈਂਟ ਤੋਂ ਹੀ ਗੱਲ ਅੱਗੇ ਕੰਟੀਨਿਊ ਕਰਦਾ, ਕਮੈਂਟ ਦਾ ਅਸਰ ਹੁੰਦਾ ਤੁਹਾਡੇ ਤੇ ਜਾਂ ਪੜ੍ਹਦੇ ਹੋ ਵੈਸੇ ਤੁਸੀਂ ਕਮੈਂਟ? ਮੈਨੂੰ ਸਕਰੀਨਸ਼ਾਟ ਮੈਂ ਘੱਟ ਪੜ੍ਹਦਾ, ਪਰ ਮੇਰਾ ਜਦੋਂ ਕਿਤੇ ਟਾਈਮ ਹੁੰਦਾ ਨਾ, ਮੈਨੂੰ ਹੁੰਦਾ ਵੀ ਮੈਂ ਲਾਈਕ ਕਰਦਿਆਂ ਘੱਟ ਦੇਖਦਾ ਵੀ ਉਹ ਬੰਦੇ ਨੂੰ ਉਵੇਂ ਲੱਗਦਾ। ਜੇ ਕਿਸੇ ਨੇ, ਜਿਵੇਂ ਕੱਲ ਇੱਕ ਵੀਰੇ ਨੇ ਬੜੀ ਕਮਾਲ ਦੀ ਕੋਈ ਲਾਈਨ ਉਹਦੇ ਚ ਲਿਖ ਕੇ ਭੇਜੀ, ਉਹਨੇ ਸ਼ਾਇਦ ਪਾਕਿਸਤਾਨ ਤੋਂ ਸੀਗੇ ਉਹ, ਰਵੀ ਆਲਮ ਸ਼ਾਹ ਵਾਲਾ, ਕਹਿੰਦਾ ਵੱਟ ਕੇ ਕਚੀਚੀ ਸੁੱਟ ਸੂਰਜ ਨੂੰ ਚੱਬ ਕੇ, ਇੰਜ ਹੀ ਪ੍ਰਿੰਸੇ ਵੀਰੇ ਕੰਮ ਰੱਖ ਦੱਬ ਕੇ, ਜਿੰਨਾ ਵੀ ਤੂੰ ਕੰਮ ਕੀਤਾ ਕੀਤਾ ਇੱਕ ਨੰਬਰ ਦਾ, ਬੜਾ ਇੰਤਜ਼ਾਰ ਸਾਨੂੰ 1 ਸਤੰਬਰ ਦਾ। ਵਾਹ, ਵੈਰੀ ਨਾਈਸ। ਮੈਂ ਫਿਰ ਇਹਨੂੰ ਜਾ ਕੇ ਉੱਥੇ ਫਿਰ ਮੈਂ ਇਹਨੂੰ ਲੱਭ ਕੇ ਇਹਨੂੰ ਮੈਂ ਮੈਸੇਜ ਕੀਤਾ, ਮੈਂ ਕਿਹਾ ਵੀਰੇ ਥੈਂਕ ਯੂ ਜੀ ਤੁਹਾਡਾ। ਤੁਸੀਂ ਸੋਸ਼ਲ ਮੀਡੀਆ 'ਤੇ ਮੈਨੂੰ ਲੱਗਦਾ ਕਾਫੀ ਐਕਟਿਵ ਰਹਿੰਦੇ ਹੋ, ਮੈਂ ਇੰਸਟਾਗ੍ਰਾਮ ਪ੍ਰੋਫਾਈਲ ਦੇਖੀ ਹੈ ਤੁਹਾਡੀ, ਅਤੇ ਫਿਲਟਰ ਵਗੈਰਾ ਕਾਫੀ ਯੂਜ ਕਰਦੇ ਰਹਿੰਦੇ ਹੋ ਤੁਸੀਂ ਸਨੈਪਚੈਟ ਦੇ। ਸ਼ੌਂਕ ਹੈਗਾ ਵੈਸੇ, ਮਤਲਬ ਇੱਦਾਂ ਕੋਈ ਨਵਾਂ ਫਿਲਟਰ ਆਇਆ ਤਾਂ ਉਹਨੂੰ ਯੂਜ ਕਰਕੇ ਪਾ ਤਾ? ਅੱਜ ਮੈਨੂੰ ਪਹਿਲੀ ਵਾਰੀ ਇਹ ਸੁਣਨ ਦਾ ਮੌਕਾ ਮਿਲ ਰਿਹਾ ਮੇਰੇ ਕੰਨਾਂ ਨੂੰ ਕਿ ਮੈਂ ਐਕਟਿਵ ਹਾਂ ਸੋਸ਼ਲ ਮੀਡੀਆ 'ਤੇ। ਨੋਰਮਲੀ ਨੋਰਮਲੀ ਮੈਨੂੰ ਸਾਰੇ ਇਹੀ ਕਹਿੰਦੇ, ਮੈਮ ਤੁਸੀਂ ਸੋਸ਼ਲ ਮੀਡੀਆ 'ਤੇ ਵੀ ਘੱਟ ਆਉਂਦੇ ਹੋ, ਘੱਟ ਜਿਵੇਂ ਵਿੱਚੋਂ ਗਾਇਬ ਹੋ ਜਾਂਦੀ ਹੈ, ਮੈਨੂੰ ਇਹ ਬੜੀ ਆਦਤ ਆ, ਮੈਂ ਡਿਸਅਪੀਅਰ ਹੋ ਜਾਂਦੀ ਹਾਂ ਵਿੱਚੋਂ। ਬਟ ਕਿਉਂਕਿ ਇੱਕ ਤਾਂ ਰੀਅਲ ਲਾਈਫ ਚੱਲਦੀ, ਇੱਕ ਰੀਅਲ ਲਾਈਫ ਚੱਲਦੀ ਹੁੰਦੀ ਆ, ਉਹ ਵੀ ਦੇਖਣੀ ਹੁੰਦੀ ਆ। ਤੁਹਾਡਾ ਕੁਐਸਚਨ ਕੀ ਸੀਗਾ ਕਮੈਂਟਸ ਦੇ ਬਾਰੇ? ਵੀ ਮੈਂ ਉਹਨਾਂ ਨੂੰ ਸੀਰੀਅਸਲੀ ਲੈਂਦੀ? ਨਹੀਂ, ਕਮੈਂਟਸ ਮੈਂ ਪੁੱਛਣ ਲੱਗੇ ਸੀ, ਮੈਂ ਫਿਲਟਰ ਦੀ ਗੱਲ ਕਰ ਰਹੀ ਸੀ, ਤੁਸੀਂ ਸਨੈਪਚੈਟ ਫਿਲਟਰ ਕਾਫੀ ਯੂਜ਼ ਕਰਦੇ। ਦੇਖੋ ਹੁਣ ਜੇ ਫਿਲਟਰ ਬਣਾਏ ਆ ਤੇ ਫਿਰ ਅਸੀਂ ਯੂਜ਼ ਤਾਂ ਕਰਾਂਗੇ, ਜੇ ਅਸੀਂ ਨਹੀਂ ਕਰਾਂਗੇ ਤਾਂ ਫਿਰ ਕੌਣ ਕਰੂਗਾ? ਆ ਫਿਲਟਰ ਤੈਨੂੰ ਪਤਾ ਹਰੇਕ ਮਸ਼ੀਨਰੀ 'ਚ ਹੁੰਦਾ, ਸਕੂਟਰ ਚ, ਏਸੀ ਚ, ਜੇ ਫਿਲਟਰ ਨਾ ਚੇਂਜ ਹੋਣ ਤੇ ਫਿਰ ਗੱਡੀ ਖੜ ਜਾਂਦੀ, ਤੇ ਫਿਲਟਰ ਹੈਗੇ ਆ ਤਾਂ ਫਿਰ ਹੋਣੇ ਚਾਹੀਦੇ। ਕਮੈਂਟ ਦਾ ਅਸਰ ਹੁੰਦਾ ਜਾਂ ਕਮੈਂਟ ਰੀਡ ਕਰਦੇ ਹੋ ਤੁਸੀਂ ਕੋਈ ਪੋਸਟ ਪਾ? ਕਦੀ ਕਦੀ ਕਰ ਲਈਦੇ ਆ ਜਦੋਂ ਮੂਡ ਹੋਵੇ। ਕੋਈ ਯਾਦ ਹੈ ਇਦਾਂ ਦਾ ਕੋਈ ਕਮੈਂਟ ਹਾਈਲਾਈਟ ਹੋਵੇ? ਹਾਏ, ਮੈਨੂੰ ਇੱਕ ਬਹੁਤ ਵਧੀਆ ਕਮੈਂਟ ਆਇਆ ਸੀ, ਮੈਨੂੰ ਓਨੈਸਟਲੀ ਯਾਦ ਨਹੀਂ ਹੈਗਾ, ਪਰ ਮੈਂ ਇਹ ਸੋਚਿਆ ਸੀ ਕਿ ਜੇ ਕਦੀ ਮੈਨੂੰ ਇਹ ਮੈਂਸ਼ਨ ਕਰਨ ਦੀ ਲੋੜ ਪਵੇ ਤਾਂ ਮੈਨੂੰ ਯਾਦ ਹੋਣਾ ਚਾਹੀਦਾ, ਤੇ ਅੱਜ ਮੈਂ ਭੁੱਲ ਗਈ ਹਾਂ। ਬਹੁਤ ਸੋਹਣੇ ਸੋਹਣੇ ਕਮੈਂਟਸ ਆਉਂਦੇ ਨੇ, ਕੋਈ ਕਹਿੰਦਾ ਆ ਯੂਨੋ ਰੱਬ ਨਾਲ ਜੁੜੀ ਹੋਈ ਰੂਹ, ਕੋਈ ਕਹਿੰਦਾ ਵਾ ਰੂਹਾਨੀਅਤ ਦੇਸਦੀ, ਇੱਦਾਂ ਦੇ ਬੜੇ ਆਉਂਦੇ। ਤਾਂ ਜਦੋਂ ਇੱਦਾਂ ਦੇ ਕਮੈਂਟ ਕਰਦੇ ਉਹ ਮੈਨੂੰ ਚੰਗੇ ਲੱਗਦੇ, ਰੂਹਾਨੀਅਤ ਵਾਲੇ। ਸੋ ਇਹ ਸਾਰਿਆਂ ਦਾ ਪਿਆਰ ਆ, ਬਲੈਸਿੰਗਸ ਆ ਸਾਰਿਆਂ ਦੀਆਂ, ਕਈ ਬਲੈਸਿੰਗਸ ਦਿੰਦੇ ਨੇ ਆਪਣੀਆਂ, ਯੂਨੋ ਆਸ਼ੀਰਵਾਦ ਦਿੰਦੇ ਨੇ, ਤੇ ਉਹ ਬੜਾ ਚੰਗਾ ਲੱਗਦਾ ਆ। ਤੇ ਕਈ ਵਿੱਚ ਗੜਬੜ ਵੀ ਕਰਦੇ ਆ, ਚਲੋ ਗੜਬੜ ਵੀ ਠੀਕ ਆ, ਉਹ ਰੱਬ ਨੇ ਉਹਨਾਂ ਨੂੰ ਉਹ ਕੰਮ ਲਾਇਆ, ਉਹ ਵੀ ਠੀਕ ਆ, ਹੈਨਾ? ਤੇ ਚਲੋ ਦੈਟਸ ਗੁੱਡ। ਗਾਣਾ ਰਿਲੀਜ਼ ਹੋਇਆ, ਹਾਂਜੀ, ਬਹੁਤ ਪਿਆਰਾ ਸੌਂਗ ਹੈ, ਹੈਨਾ? ਉਹਦੇ ਬਾਰੇ, ਉਸ ਉਹ ਕਿੱਦਾਂ ਰਿਲੇਟ ਕਰਦਾ ਉਸ ਕਨਸੈਪਟ ਦੇ ਨਾਲ, ਪੂਰੀ ਮੂਵੀ ਦੇ ਨਾਲ? ਦੇਖੋ ਫਿਲਮ ਦੇਖ ਕੇ ਪਤਾ ਲੱਗੂਗਾ, ਪਰ ਮੈਨੂੰ ਉਹਦੇ ਚ ਸਭ ਤੋਂ ਜਿਹੜੀ ਵਧੀਆ ਗੱਲ ਲੱਗੀ ਸੀਗੀ ਵੀ ਉਹ ਜਿਹੜਾ ਗਾਣਾ ਜਦੋਂ ਸ਼ੂਟ ਕਰਨਾ ਸੀ ਨਾ, ਮੈਂ ਜ਼ਿਆਦਾ ਪ੍ਰਭਾਤ ਫੇਰੀਆਂ ਚ ਨਹੀਂ ਗਿਆ ਹੋਇਆ, ਫੀਲ ਉਹੀ ਆਉਂਦੀ ਸੀ। ਤੇ ਉਹ ਜਦੋਂ ਸ਼ੂਟ ਕਰਦੇ ਸੀ ਤਾਂ ਆਸ਼ੀਸ਼ ਆਪਣੇ ਡਾਇਰੈਕਟਰ, ਉਹਨਾਂ ਨਾਲ ਮੇਰੀ ਗੱਲ ਹੋਈ, ਮੈਂ ਕਿਹਾ ਯਾਰ ਵੀ ਅੱਗੇ ਕਰਕੇ ਤੇ ਸਿੰਕ ਜਾਂ ਉਵੇਂ ਕਰਕੇ ਨਾ ਹੋਵੇ,
ਵੀ ਜਿਵੇਂ ਮੈਂ ਗਿਆ ਪ੍ਰਭਾਤ ਫੇਰੀਆਂ ਚ ਮੈਨੂੰ ਉਵੇਂ ਜੇ ਉਹ ਕਹਿੰਦਾ ਭਾਜੀ ਮੈਂ ਆਈ ਰੱਖਿਆ ਹੋਇਆ ਵੀ ਤੁਸੀਂ ਮੂਹਰੇ ਮਾਰੇ ਨੀ ਹੈਗੇ ਵਿੱਚ ਹੈਗੇ ਵਿੱਚ ਜਿਵੇਂ ਆਮ ਜਨਤਾ ਉਹ ਤੁਰੇ ਆਉਂਦੇ ਉਵੇਂ ਕਰਕੇ ਹੀ ਆ ਜਦੋਂ ਸ਼ੂਟ ਹੋ ਰਹੀ ਸੀ ਜੀ ਆਪਦਾ ਕਰਦਾ ਸੀਗਾ ਮੈਂ ਕਿਹਾ ਭੁਜੀਆ ਬਦਾਨਾ ਜ਼ਰੂਰ ਰੱਖਿਓ ਭਰਾਵਾ ਵੀ ਉੱਥੇ ਚਾਹ ਭੁਜੀਆ ਬਦਾਨਾ ਜੋ ਅਸੀਂ ਪ੍ਰਭਾਤ ਫੇਰੀਆਂ ਤੇ ਦੇਖਦੇ ਉਹ ਮਾਹੌਲ ਓਦਾਂ ਦਾ ਹੀ ਕ੍ਰੀਏਟ ਹੋਇਆ ਸੀਗਾ ਤੇ ਉਹਦਾ ਮਜ਼ਾ ਬਹੁਤ ਆਇਆ ਹੁਣ ਫਿਲਮ ਦੇ ਵਿੱਚ ਉਹ ਕੀ ਹੈ ਕਿਵੇਂ ਹੈ ਹੁਣ ਉਹ ਦੇਖੋ ਉੱਥੇ ਪਰਨਾ ਬੰਨਿਆ ਹੋਇਆ ਜੀ ਜੀ ਇਹ ਸ਼ਬਦ ਦੇ ਰਾਹੀਂ ਉਹਦੇ ਲਾਈਫ ਦੇ ਵਿੱਚ ਇੱਕ ਮੋੜ ਆਉਂਦਾ ਇੱਕ ਵੈਸੇ ਨੋਰਮਲ ਕੁਐਸਚਨ ਆ ਮੇਰੇ ਮੇਰੇ ਨਾਲ ਹੁੰਦੀ ਹੈ ਅਤੇ ਮੈਨੂੰ ਲੱਗਦਾ ਕਿ ਤੁਹਾਡੇ ਨਾਲ ਹੁੰਦੀ ਹੋਊਗੀ ਸੋਸ਼ਲ ਮੀਡੀਆ 'ਤੇ ਜਿੱਦਾਂ ਇੰਸਟਾਗ੍ਰਾਮ 'ਤੇ ਕੋਈ ਧਾਰਮਿਕ ਫੋਟੋ ਆਈ ਲਿਖਿਆ ਕਿ ਕਮੈਂਟ ਵਿੱਚ ਤੁਸੀਂ ਸਤਨਾਮ ਵਾਹਿਗੁਰੂ ਲਿਖ ਕੇ ਜ਼ਰੂਰ ਜਾਇਓ ਜੀ ਅਤੇ ਉਹ ਚੀਜ਼ਾਂ ਕਰਦੇ ਹੋ ਜਾਂ ਫਿਰ ਇੱਦਾਂ ਕਈ ਵਾਰੀ ਆਪਾਂ ਟਪਾ ਦਿੰਦੇ ਹਾਂ ਅਤੇ ਲੱਗਦਾ ਕਿ ਯਾਰ ਇਹ ਤਾਂ ਪਾਪ ਹੋ ਗਿਆ ਵੀ ਲਾਈਕ ਕਰਨੀ ਸੀ ਉਸ ਚੀਜ਼ ਨੂੰ ਮੈਂ ਵਾਹਿਗੁਰੂ ਕਹਿ ਦਿੰਦੀ ਹਾਂ ਮੇਰੇ ਇਹ ਹੁੰਦਾ ਕਿ ਚੱਲ ਇਸ ਬਹਾਨੇ ਮੂੰਹ ਵਾਹਿਗੁਰੂ ਤਾਂ ਨਿਕਲਿਆ ਗਿਆ ਹੈ ਨਾ ਜੇ ਬਾਬਾ ਜੀ ਦੀ ਫੋਟੋ ਆਉਂਦੀ ਉਹ ਮੱਥਾ ਟੇਕ ਕੇ ਵਾਹਿਗੁਰੂ ਕਹਿ ਕੇ ਅਤੇ ਫਿਰ ਕਈ ਜਣੇ ਵਿੱਚ ਲਿਖੀ ਬੈਠੇ ਹੁੰਦੇ ਵੀ ਉਹ ਆਏ ਨੀ ਜਿਹਨੇ ਇਸ ਨੂੰ ਲਾਇਕ ਨਹੀਂ ਕੀਤਾ ਜਾਂ ਉਹ ਓਦਾਂ ਦੀ ਆਵੇ ਫਿਰ ਨਹੀਂ ਕਰੀਦੀ ਇਹ ਤੇ ਤੁਸੀਂ ਸੋਸ਼ਲ ਮੀਡੀਆ ਦੀ ਗੱਲ ਕਰ ਰਹੇ ਹੋ ਨਾ ਕਿ ਫੋਟੋ ਆ ਗਈ ਮੇਰੇ ਨਾਲ ਤੇ ਜਦੋਂ ਆਪਾਂ ਕਿਤੇ ਟਰੈਵਲ ਕਰਦੇ ਹੋਈਦਾ ਨਾ ਕਿਉਂਕਿ ਪੰਜਾਬ ਦੇ ਵਿੱਚ ਤਾਂ ਤੁਸੀਂ ਜਿੱਥੇ ਦੇਖੋ ਗੁਰਦੁਆਰਾ ਸਾਹਿਬ ਹੈਗੇ ਨੇ ਪਿੰਡਾਂ 'ਚ ਕਿੰਨੇ ਨੇ ਹਨਾ ਤੇ ਉਹ ਏਦਾਂ ਆਦਤ ਪਈ ਹੁੰਦੀ ਮੱਥਾ ਟੇਕਣ ਦੀ ਕਈ ਵਾਰੀ ਏਦਾਂ ਹੁੰਦਾ ਕਿ ਜਿਹੜੀ ਮੇਰੇ ਦਿਮਾਗ 'ਚ ਗੱਲ ਸੇਮ ਗੱਲ ਕਰੇਗੀ ਤੇ ਕਈ ਵਾਰੀ ਜਦੋਂ ਕੋਈ ਬਿਲਡਿੰਗ ਦੱਸਦੀ ਹੈ ਥੋੜੀ ਗੁਰਦੁਆਰਾ ਸਾਹਿਬ ਤੇ ਉਹ ਆਪਣੇ ਆਪ ਹੀ ਮੱਥਾ ਟੇਕਿਆ ਬਾਅਦ 'ਚ ਜਦੋਂ ਉਹ ਮਾਈ ਗੋਡ ਇਹ ਤਾਂ ਗੁਰਦੁਆਰਾ ਵੀ ਨਹੀਂ ਸੀ ਇਹ ਤਾਂ ਰਿਜ਼ੋਰਟ ਸੀ ਕੋਈ ਵਾਈਟ ਕਲਰ ਦੀ ਬਿਲਡਿੰਗ ਇੱਕ ਵਾਰੀ ਟਿਊਸ਼ਨ ਅਸੀਂ ਤੁਰੇ ਜਾਈਏ ਮੁੰਡਾ ਮੈਨੂੰ ਕਹਿੰਦਾ ਤੂੰ ਕਿੱਧਰ ਮੱਥਾ ਟੇਕਦਾ ਮੈਂ ਕਿਹਾ ਯਾਰ ਜੁੱਤੀਆਂ ਰਾਹੀਆਂ ਪਈਆਂ ਸੀ ਉੱਥੇ ਵੀ ਉਹ ਦਿਮਾਗ 'ਚ ਨਾ ਬਾਹਰ ਜੋੜੇ ਪਏ ਆ ਸੀ ਉਹ ਜਵਾਕ ਟਿਊਸ਼ਨ ਪੜ੍ਹਦੇ ਪਰ ਉਹ ਵੀ ਹੈ ਵੀ ਉਹ ਵੀ ਤਾਂ ਵਿੱਦਿਆ ਵੀ ਤਾਂ ਰੱਬ ਦਾ ਰੂਪ ਹੀ ਹੈ ਡਾਇਲੋਗ ਤਾਂ ਤੁਹਾਡੇ ਅਸੀਂ ਪਸੰਦ ਕਰਦੇ ਹਾਂ ਜੀ ਥੈਂਕ ਯੂ ਵੈਸੇ ਗਾਉਣ ਦਾ ਹੈਗਾ ਥੋੜਾ ਬਹੁਤ ਗਾਉਣ ਦਾ ਨਹੀਂ ਕੋਸ਼ਿਸ਼ ਵੀ ਨਹੀਂ ਕੀਤੀ ਕਦੇ ਉਹ ਸ਼ੁਰੂ ਤੋਂ ਹੀ ਨਾ ਸਹਿ ਸਭਾ 'ਚ ਜਾਣਾ ਤੇ ਬਹਿਣਾ ਤੇ ਉਹਨਾਂ ਨੇ ਸਾਨੂੰ ਕਿਹਾ ਕਰਨਾ ਹਾਂ ਵੀ ਸੁਣਾ ਕਰਾਂ ਮੈਂ ਕੁਛ ਸੁਣਾਇਆ ਉਹਨਾਂ ਨੇ ਦੱਸਣਾ ਵੀ ਨਹੀਂ ਆਹ ਨਹੀਂ ਠੀਕ ਆ ਤੇਰੀ ਬਹਿਰ ਨਹੀਂ ਠੀਕ ਆ ਆਏ ਨਹੀਂ ਠੀਕ ਕਵਿਤਾ ਹੋ ਗਈ ਕੋਈ ਉਹ ਹੋ ਗਿਆ ਉਹ ਜ਼ਰੂਰ ਮੇਰਾ ਰੂਟੀਨ ਰਿਹਾ ਉਹ ਵੀ ਆਏ ਹੁੰਦੇ ਸੀਗੇ ਵੀ ਜਿਵੇਂ ਕੁਝ ਕੁ ਪਲਾਂਘਾਂ ਦੀ ਵਾਟ ਹੈ ਤੈਅ ਹੈ ਕਿ ਸਮਾਂ ਤਾਂ ਲੱਗੇਗਾ ਕੁਝ ਕੁ ਦਰਵਾਜ਼ੇ ਬੰਦ ਰਹਿਣ ਤੇ ਬੰਦ ਰਹਿਣਗੇ ਕੋਈ ਖੁੱਲ੍ਹਾ ਪਿਆ ਵੀ ਵੱਜੇਗਾ ਪਰ ਇਹ ਤੈਅ ਹੈ ਵਿਸ਼ਵਾਸ ਹੈ ਕਿ ਸਾਡੀ ਜਿੱਤ ਦਾ ਦਮਾਮਾ ਇੱਕ ਦਿਨ ਹਰ ਹਾਲਤ ਵੱਜੇਗਾ ਹਨਾ ਕੁਝ ਕੁ ਪਲਾਂਘਾਂ ਦੀ ਵਾਟ ਹੈ ਪਰ ਇਹ ਤੈਅ ਹੈ ਕਿ ਸਮਾਂ ਤਾਂ ਲੱਗੇਗਾ ਮੈਮ ਤੁਸੀਂ ਥੀਏਟਰ ਕੀਤਾ ਹੋਇਆ ਵੈਸੇ ਨਹੀਂ ਓਕੇ ਸਰ ਤੁਸੀਂ ਇਸ ਚੀਜ਼ ਨਾਲ ਰਿਲੇਟ ਕਰੋਗੇ ਤੇ ਥੀਏਟਰ ਦੇ ਵਿੱਚ ਜਿਹੜੀ ਆਪਾਂ ਐਕਟਿੰਗ ਕਰਦੇ ਹਾਂ ਉਹ ਕਹਿੰਦੇ ਨੇ ਕਿ ਬਹੁਤ ਲਾਊਡ ਹੁੰਦੀ ਹੈ ਆਡੀਅੰਸ ਸਾਹਮਣੇ ਬੈਠੀ ਹੁੰਦੀ ਹੈ ਉੱਪਰ ਬੋਲਣਾ ਪੈਂਦਾ ਲਾਊਡ ਹੈ ਮੂਵੀ ਦੇ ਵਿੱਚ ਕੈਮਰੇ ਦੇ ਸਾਹਮਣੇ ਕਰਦੇ ਹਾਂ ਉਹਦੇ 'ਚ ਕਿੰਨਾ ਕੁ ਫਰਕ ਹੈ ਜਾਂ ਤੁਹਾਨੂੰ ਲੱਗਦਾ ਕਿ ਸੇਮ ਹੈ ਦੇਖੋ ਮੈਂ ਦੱਸਦਾ ਤੁਹਾਨੂੰ ਜਿਹੜਾ ਥੀਏਟਰ ਹੈ ਉਹ ਫੁੱਲ ਹੈ ਜੀ ਜਿਹੜਾ ਸੀਰੀਅਲ ਆ ਉਹ ਹਾਫ ਹੈ ਜੀ ਜਿਹੜਾ ਸਿਨੇਮਾ ਉਹ ਇੰਨਾ ਤੁਹਾਨੂੰ ਇਹ ਸਮਝਣਾ ਪਊਗਾ ਵੀ ਇੱਥੇ ਮੈਂ ਕਿਵੇਂ ਕਰਨਾ ਇੱਥੇ ਮੈਂ ਕਿਵੇਂ ਕਰਨਾ ਇੱਥੇ ਮੈਂ ਕਿਵੇਂ ਮੈਮ ਇਸ ਮੂਵੀ ਦਾ ਕਨਸੈਪਟ ਜਿੱਦਾਂ ਦਾ ਸਮਝ ਵਿੱਚ ਆ ਰਿਹਾ ਜਿੱਦਾਂ ਦਾ ਤੁਸੀਂ ਦੱਸਿਆ ਭੈਣ ਭਰਾ ਦੇ ਰਿਸ਼ਤੇ ਨੂੰ ਵੀ ਲੈ ਕੇ ਸਟੋਰੀ ਹੈ ਹਨਾ ਜੀ ਤੇ ਇੱਕ ਥ੍ਰਿਲਰ ਵੀ ਹੈ ਸਸਪੈਂਸ ਵੀ ਹੈ ਹਨਾ ਤੁਹਾਨੂੰ ਤੁਹਾਡੀ ਲਾਈਫ ਦੇ ਵਿੱਚ ਕੀ ਚੇਂਜਸ ਆਏ ਪੂਰੀ ਕੰਪਲੀਟ ਕਰਨ ਤੋਂ ਬਾਅਦ ਇਹ ਮੂਵੀ ਕੋਈ ਵੀ ਪ੍ਰੋਜੈਕਟ ਕਰਦੇ ਹਾਂ ਉਸ ਤੋਂ ਪਹਿਲਾਂ ਆਪਾਂ ਕੁਝ ਹੋਰ ਹੁੰਦਾ ਆਪਣਾ ਮਾਈਂਡ ਸੈਟ ਜੀ ਉਹ ਪ੍ਰੋਜੈਕਟ ਕੰਪਲੀਟ ਹੋਣ ਤੋਂ ਬਾਅਦ ਆਪਾਂ ਕੁਝ ਹੋਰ ਸੋਚ ਰਹੇ ਹੁੰਦੇ ਹਾਂ ਓਕੇ ਉਹ ਐਕਸਪੀਰੀਅੰਸ ਮਿਲ ਜਾਂਦਾ ਇੱਕ ਓਕੇ ਜੀ ਇਸ ਤੋਂ ਬਾਅਦ ਤੁਸੀਂ ਮਾਈਂਡ ਦੇ ਵਿੱਚ ਕੀ ਸੋਚਦੇ ਹੋ ਇਹ ਕੰਪਲੀਟ ਕਰਨ ਤੋਂ ਬਾਅਦ ਮਤਲਬ ਕੀ ਚੇਂਜ ਆਈ ਹੋਗੀ ਇਹ ਫਿਲਮ ਕਰਨ ਦੀ ਲਾਈਫ ਦੇ ਵਿੱਚ ਨਹੀਂ ਕਹਿ ਸਕਦੇ ਤੁਹਾਡੇ ਮਾਈਂਡ ਸੈਟ ਦੇ ਵਿੱਚ ਕੀ ਬਦਲਾਅ ਆਏ ਇਹ ਸਟੋਰੀ ਕੰਪਲੀਟ ਹੋਣ ਤੋਂ ਬਾਅਦ ਮੈਨੂੰ ਇਹ ਲੱਗਦਾ ਵੀ ਇੱਕ ਆਰਟਿਸਟ ਦੇ ਵਿੱਚ ਜਦੋਂ ਫਿਲਮ ਕਰਦਾ ਪਿਆ ਕਰੈਕਟਰ ਕਰਦਾ ਪਿਆ ਉਦੋਂ ਕੋਈ ਬਦਲਾਅ ਨਹੀਂ ਆਉਂਦਾ ਜਦੋਂ ਫਿਲਮ ਆ ਜਾਂਦੀ ਹੈ ਫਿਲਮ ਆਉਣ ਤੋਂ ਬਾਅਦ ਉਹ ਕਰੈਕਟਰ ਨੂੰ ਕਿਵੇਂ ਲਿਆ ਗਿਆ ਕਿਵੇਂ ਹੋਇਆ ਫਿਲਮ ਕਿਵੇਂ ਰਹੀ ਉਹਦੇ ਨਾਲ ਉਹ ਹੁੰਦਾ ਹਾਂ ਵੀ ਉਹ ਫੇਰ ਚੇਂਜਸ ਦਾ ਉਹ ਹੁੰਦਾ ਜਿਵੇਂ ਆਪਣੀ ਤੁਸੀਂ ਮੇਰਾ ਪਿੰਡ ਮਾਈ ਹੋਮ ਕੀਤੀ ਮਿੱਟੀ ਵਾਜਾ ਮਾਰਦੀ ਉਹ ਜਦੋਂ ਆਈ ਉਹਨੇ ਸਿਨੇਮਾ ਖੋਲਿਆ ਜੀ ਆਇਆਂ ਨੂੰ ਤੋਂ ਬਾਅਦ ਜਿਵੇਂ ਉਹ ਖੋਲੇ ਹੋਇਆ ਉਹ ਅਲੱਗ ਮਾਹੌਲ ਬਣਿਆ ਉਹਨੂੰ ਹੋਇਆ ਹੋਊਗਾ ਤੇ ਜਦੋਂ ਤੁਸੀਂ ਸਿੰਘ ਵਰਸਲ ਕੌਰ ਕੀਤੀ ਉਹਦੇ ਅਰਦਾਸ ਕੀਤੀ ਉਹਨਾਂ ਦੇ ਨਾਲ ਉਹ ਹੋਇਆ ਇਹ ਫਿਲਮ ਆਉਣ ਤੋਂ ਬਾਅਦ ਮੈਨੂੰ ਜੋ ਲੱਗਦਾ ਨਹੀਂ ਸਹੀ ਗੱਲ ਆ ਐਜ਼ ਐਨ ਐਕਟਰ ਮੈਨੂੰ ਲੱਗਦਾ ਇਹ ਬਾਅਦ ਦਾ ਪ੍ਰੋਸੈਸ
ਸ਼ੁਰੂ ਹੁੰਦਾ ਆ, ਬਾਅਦ ਚੋਂ ਪਤਾ ਲੱਗਦਾ ਫਿਲਮ ਆਉਣ ਤੋਂ ਬਾਅਦ, ਰਿਲੀਜ਼ ਹੋਣ ਤੋਂ ਬਾਅਦ ਕਿ ਮੈਂ ਆਹ ਚੀਜ਼ਾਂ ਕੀਤੀਆਂ ਸੀ ਤੇ ਜੇ ਮੈਂ ਆਡੀਅੰਸ ਨੇ ਪਸੰਦ ਕੀਤੀਆਂ ਜਾਂ ਨਹੀਂ ਕੀਤੀਆਂ ਉਹਦੇ ਤੇ ਬੇਸਡ ਕਿ ਅੱਛਾ ਹੁਣ ਮੈਂ ਆਹ ਚੇਂਜਸ ਲੈ ਕੇ ਆਉਣੀਆਂ, ਡਿਲੀਬਰੇਟ ਚੇਂਜ ਹੁੰਦੀ ਆ। ਬਾਕੀ ਸਬਕੌਂਸ਼ੀਅਸ ਮਾਈਂਡ ਤੇ ਕੀ ਚੇਂਜਸ ਆਈਆਂ ਉਹ ਤਾਂ ਮੈਨੂੰ ਲੱਗਦਾ ਤੁਹਾਡੇ ਬਿਹੇਵੀਅਰ ਤੋਂ ਥੋੜੀਆਂ ਬਹੁਤੀਆਂ ਪਤਾ ਲੱਗ ਗਈਆਂ ਹੋਣਗੀਆਂ ਤੁਹਾਨੂੰ, ਬਟ ਇਹਨਾਂ ਇੰਨਾ ਇੰਪੈਕਟ ਮੈਨੂੰ ਲੱਗਦਾ ਉਦੋਂ ਹੀ ਪੈਂਦਾ ਵਾ ਜਦੋਂ ਫਿਲਮ ਤੁਹਾਡੀ ਰਿਲੀਜ਼ ਹੋ ਜਾਂਦੀ ਹੈ, ਰਿਸਪੌਂਸ ਤੇ ਡਿਪੈਂਡ ਕਰਦਾ ਕਿ ਮੈਂ ਅੱਛਾ ਜੇ ਇਸ ਵਾਰੀ ਪਸੰਦ ਨਹੀਂ ਕੀਤਾ ਤੇ ਮੈਂ ਅਗਲੀ ਵਾਰੀ ਕੁਛ ਇਹ ਕਰੂੰ, ਜੇ ਪਸੰਦ ਕੀਤਾ ਤੇ ਇਹਨੂੰ ਮੈਂ ਹੋਰ ਕਿੱਦਾਂ ਬਿਹਤਰ ਕਰਨਾ। ਸੋ ਉਹ ਚੇਂਜਸ ਫਿਲਮ ਰਿਲੀਜ਼ ਹੋਣ ਤੋਂ ਬਾਅਦ ਹੀ ਮੈਂ ਦੱਸ ਸਕਦੀ ਹਾਂ। ਕਰੈਕਟਰ ਦੇ ਵਿੱਚੋਂ ਨਾ ਕਈ ਵਾਰੀ ਆਪਾਂ ਕਰੈਕਟਰ ਕਰਦੇ ਹਾਂ ਉਸ ਤੋਂ ਬਾਹਰ ਨਿਕਲਣਾ ਔਖਾ ਹੋ ਜਾਂਦਾ, ਤੇ ਇਦਾਂ ਹੁੰਦਾ ਸੀ ਤੁਹਾਡੇ ਨਾਲ ਇਸ ਕਰੈਕਟਰ? ਨਹੀਂ ਨਹੀਂ, ਮੈਂ ਥੋੜ੍ਹਾ ਜਿਹਾ ਨਾ ਮੌਜੀ ਹਾਂ ਬੰਦਾ, ਕਰੈਕਟਰ ਫੜਨਾ ਔਖਾ ਮੇਰੇ ਲਈ, ਕਰੈਕਟਰ ਛੱਡਣਾ ਵਿੱਚ ਚੁਟਕੀ ਚ ਉਹ ਹੋ ਜਾਂਦਾ। ਅੱਛਾ ਮੈਨੂੰ ਮੈਨੂੰ ਸਭ ਤੋਂ ਚੰਗੀ ਗੱਲ ਕੀ ਲੱਗਦੀ ਵੀ ਇਹ ਸਾਨੂੰ ਉੱਥੇ ਮਿਲਿਆ ਰਾਜਸਥਾਨ, ਔਰ ਬੰਦਾ ਵੈਰੀ ਗੁੱਡ ਯਾਰ, ਆ ਅੱਜ ਇੰਟਰਵਿਊ ਕਰਦਾ ਤਾਂ ਬਹੁਤ ਵਧੀਆ ਗੱਲ। ਸੋ ਡਟੇ, ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਜਿੰਨਾ ਵੀ ਯੂਥ ਜਿੰਨੇ ਵੀ ਕੰਮ ਕਰਨਾ ਚਾਹੁੰਦੇ ਨਾ, ਤੁਸੀਂ ਧਾਰ ਲਓ ਮਨ 'ਚ ਉਹ ਗੱਲ ਹੋਊਗੀ ਹੋਊਗੀ। ਤੁਸੀਂ ਧਾਰ ਲਓ ਵੀ ਮੈਂ ਚੋਰ ਬਣਨਾ, ਫਿਰ ਉਹ ਰੋਂਗ ਆ, ਉਹ ਨੈਗੇਟਿਵ ਗੱਲ, ਪਰ ਉਹ ਹੋਊਗੀ ਹੋਊ ਤੇ। ਪਰ ਵਧੀਆ, ਬਹੁਤ ਵਧੀਆ, ਤੇਰੇ ਨਾਲ ਚੰਗਾ ਬਹੁਤ ਲੱਗਿਆ, ਕਿਉਂਕਿ ਤੂੰ ਰਿਪੀਟ ਜਾਂ ਜੋ ਅਸੀਂ ਪਹਿਲਾਂ ਬੋਲਦੇ ਕਈ ਵਾਰੀ ਹੁੰਦਾ ਵੀ ਸਾਰੇ ਉਹੀ ਪੁੱਛੀ ਜਾਂਦੇ, ਸਾਡਾ ਵਾਜਾ ਵੱਜ ਜਾਂਦਾ। ਮੈਨੂੰ ਵੀ ਕਾਫੀ ਚੀਜ਼ਾਂ ਸਿੱਖਣ ਨੂੰ ਮਿਲੀਆਂ। ਨਹੀਂ ਸਿੱਖ, ਵਾਹਿਗੁਰੂ ਆ, ਸਭ ਵਧੀਆ। ਸੋ 1 ਸਤੰਬਰ ਨੂੰ ਮੂਵੀ ਆ ਰਹੀ ਹੈ ਜੀ ਚੇਤਾ ਸਿੰਘ, ਤੇ ਮੈਮ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਕਿ ਇਹ ਮੂਵੀ ਉਹਨਾਂ ਨੂੰ ਕਿਉਂ ਦੇਖਣ ਜਾਣੀ ਚਾਹੀਦੀ ਹੈ? ਤੇ ਇੱਕ ਗੱਲ ਮੈਂ ਹੋਰ ਕਹੂੰਗਾ ਕਿ ਇਹ ਰਕਸ਼ਾ ਬੰਧਨ ਤੇ ਰਿਲੀਜ਼ ਹੋ ਰਹੀ ਹੈ ਨਾ, ਰਕਸ਼ਾ ਬੰਧਨ ਦੇ ਨੇੜੇ ਹੈ ਨਾ, ਤੇ ਇਸ ਚੀਜ਼ ਨੂੰ ਵੀ ਲੈ ਕੇ ਤੁਸੀਂ ਭੈਣ ਭਰਾ ਦੇ ਰਿਸ਼ਤੇ ਕਨਸੈਪਟ ਤੇ ਕੰਮ ਕੀਤਾ। ਸੋ 1 ਸਪਟੈਂਬਰ ਨੂੰ ਚੇਤਾ ਸਿੰਘ ਆ ਰਹੀ ਹੈ ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ। ਕਿਉਂ ਦੇਖਣ ਜਾਓ ਤੁਸੀਂ ਉਹ? ਇਸ ਕਰਕੇ ਪਹਿਲੀ ਗੱਲ ਤਾਂ ਵੀ ਪੰਜਾਬੀ ਸਿਨੇਮਾ ਆ, ਦੂਜੀ ਗੱਲ ਵੀ ਪੰਜਾਬੀ ਬੋਲੀ 'ਚ ਆ। ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਪੰਜਾਬੀ ਬੋਲੀ ਦੀ ਸੇਵਾ ਕਰਨ ਦੀ, ਸਾਨੂੰ ਨਾਲ ਵਧੀਆ ਪੈਸੇ ਪੂਸੇ ਵੀ ਮਿਲ ਜਾਂਦੇ, ਘਰ ਬਾਰ ਚੱਲ ਜਾਂਦਾ ਰੋਟੀ ਪਾਣੀ, ਬਟ ਤੁਸੀਂ ਵੀ ਆਪਣਾ ਯੋਗਦਾਨ ਪਾਓ ਅਤੇ ਪੰਜਾਬੀ ਸਿਨੇਮਾ ਨੂੰ ਹੋਰ ਬੁਲੰਦੀਆਂ 'ਤੇ ਲੈ ਕੇ ਜਾਈਏ। ਜੀ ਜੀ ਭਾਅ ਜੀ, ਕਈ ਵਾਰੀ ਨਾ ਆਪਾਂ ਥੀਏਟਰ 'ਚ ਜਾਂਦੇ ਹਾਂ ਫੈਮਲੀਆਂ ਹੈ ਨਾ, ਅਤੇ ਉਹ ਸੋਚ ਕੇ ਜਾਂਦੀਆਂ ਮਾਇੰਡ 'ਚ ਕਿ ਯਾਰ ਇਹ ਮੂਵੀ ਲੱਗੀ ਆ ਥੋੜ੍ਹੀ ਜਿਹੀ ਸਸਪੈਂਸ ਵਾਲੀ ਆ, ਥ੍ਰਿਲਰ ਵਾਲੀ ਆ, ਇਹ ਸਕਿੱਪ ਕਰਦੇ ਹਾਂ ਅਤੇ ਅਗਲੀ ਜਿਹੜੀ ਜਿਹਦੇ 'ਚ ਓਵਰਆਲ ਕੋਮੇਡੀ ਕੋਮੇਡੀ ਹੈ ਹੈ ਨਾ, ਉਹ ਦੇਖਣ ਜਾਂਦੇ ਹਾਂ। ਸੋ ਤੁਸੀਂ ਦਰਸ਼ਕਾਂ ਨੂੰ ਕਿੱਦਾਂ ਕੀ ਅਪੀਲ ਕਰਨਾ ਚਾਹੋਗੇ ਕਿ ਇਹ ਮੂਵੀ ਕਿਉਂ ਦੇਖਣ ਜਾਣੀ ਚਾਹੀਦੀ? ਇਹਦੇ ਵਿੱਚ ਜਿਹੜੀ ਆਪਣੀਆਂ ਪਿੰਡਾਂ ਦੇ ਵਿੱਚ ਸ਼ਾਮ ਲਾਟਾਂ ਦੱਬੀਆਂ ਜਾਂਦੀਆਂ, ਜਾਂ ਵੀ ਜਿਹੜੇ ਸ਼ਮਸ਼ਾਨ ਘਾਟ ਵਾਲੀ ਜ਼ਮੀਨ ਨੱਪ ਲਈ, ਹੱਡਾ ਰੋੜੀ ਵਾਲੀ ਨੱਪ ਲਈ, ਉੱਦਾਂ ਦਾ ਮਾਹੌਲ ਵੀ ਹੈ, ਜਿਹੜੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਰੋਂਗ ਵੀਡੀਓ ਪਾ ਕੇ ਜਿਹੜੀ ਪੈਸੇ ਬਣਾਉਣ ਦੀ ਦੌੜ, ਪਲਾਜ਼ਮੇ ਵਾਲੀ ਹੋ ਗਈ, ਔਰ ਵੀ ਜਿਹੜੀਆਂ ਵੀਡੀਓਜ਼ ਵਗੈਰਾ ਵੀ ਬਣਾ ਕੇ ਜਿਹੜੀਆਂ ਬੱਚੀਆਂ ਦੀਆਂ ਉਹ ਚੱਲਦੇ ਅੱਗੇ ਪੈਸੇ ਦੇ ਚੱਕਰ 'ਚ, ਹਰ ਚੀਜ਼ ਨੂੰ ਉਹਦੇ 'ਚ ਕੀਤਾ ਗਿਆ ਵੀ ਉਹ ਕਿਵੇਂ ਆ ਹੈਕਿੰਗ ਕਰਦੇ ਆ, ਜਿਹੜੇ ਕਾਫੀ ਇਹਦੇ 'ਚ ਲੇਅਰਸ ਆ। ਤੁਸੀਂ ਕੀ ਕਹਿਣਾ ਚਾਹੋਗੇ ਕਿ ਮੈਨੂੰ ਕੀ ਚੇਂਜਸ ਕਰਨੇ ਚਾਹੀਦੇ ਆ? ਮੇਰਾ ਤੁਸੀਂ ਕਾਫੀ ਸਾਰੇ ਇੰਟਰਵਿਊਜ ਕਰਦੇ ਹੋ, ਤੇ ਇਹ ਪੋਡਕਾਸਟ ਕਰਕੇ ਤੁਹਾਨੂੰ ਕਿੱਦਾਂ ਲੱਗਿਆ? ਮੇਰੇ ਲਈ ਕੋਈ ਸਲਾਹ? ਜੀ ਬਿਲਕੁਲ, ਫੀਡਬੈਕ ਵੀ ਤੂੰ ਸਲਾਹ ਮੰਨੀ ਨਾ ਕੋਈ, ਬਸ ਇਹੀ ਸਲਾਹ, ਤੂੰ ਠੀਕ ਚੱਲ ਰਿਹਾ। ਜੀ ਜੀ ਜੀ, ਤੂੰ ਸਹੀ ਜਾ ਰਿਹਾ। ਤੁਹਾਡੀ ਰੂਹ ਹੈ ਨਾ, ਹਰ ਇੱਕ ਬੰਦੇ 'ਚ ਮੈਨੂੰ ਲੱਗਦਾ ਰੱਬ ਨੇ ਇੱਕ ਚਿੱਪ ਪਾਈ ਆ, ਮੈਨੂੰ ਲੱਗਦਾ ਇੱਕ ਥੋੜਾ ਸਬਕੌਨਸ਼ੀਅਸ ਮਾਈਂਡ, ਥੋੜਾ ਦਿਲ ਪਾਇਆ ਵਾ ਦਿਲ ਦੇ ਵਿੱਚ। ਜੇ ਤੁਸੀਂ ਦਿਲਾਂ ਦੇ ਆਪਣੇ, ਉਹ ਕਹਿੰਦੇ ਨਾ ਆਪਣੇ ਅੰਦਰ ਝਾਤੀ ਮਾਰ ਕੇ ਦੇਖੋ ਪਹਿਲਾਂ, ਰੱਬ ਨੇ ਮੈਨੂੰ, ਜੋ ਮੇਰੀ ਪਰਸਨਲ ਫੀਲਿੰਗ ਆ, ਮੈਨੂੰ ਇਹ ਲੱਗਦਾ ਕਿ ਰੱਬ ਨੇ ਪਾਇਆ। ਪਰ ਆਪਣੀ ਆਵਾਜ਼ ਸੁਣਦੇ ਨੀ ਆਪਾਂ, ਬਾਹਰ ਦੀ ਨੋਇਜ਼ ਇੰਨੀ ਹੈ ਕਿ ਆਪਣੇ ਅੰਦਰ ਕੀ ਉਹ ਸੁਣਦੇ ਨੀ। ਸੋ ਤੁਹਾਡੇ ਦਿਲੋਂ ਜੋ ਨਿਕਲ ਰਿਹਾ ਕਿ ਮੈਂ ਆਹ ਕੰਮ ਕਰਨਾ ਹੈ, ਬਸ ਡਟੇ ਰਹੋ, ਕਿਸੇ ਦੀ ਸੁਣ ਦੀ ਲੋੜ ਨਹੀਂ ਆ। ਕੋਈ ਵੀ ਖੁਸ਼ ਨਹੀਂ ਹੁੰਦਾ ਤੁਹਾਡੀ ਤਰੱਕੀ ਦੇਖ ਕੇ, ਬਹੁਤ ਘੱਟ ਲੋਕ ਹੁੰਦੇ ਨੇ, ਠੀਕ ਹੈ ਨਾ, ਜਿਨ੍ਹਾਂ ਨੂੰ ਤੁਸੀਂ ਉਂਗਲਾਂ ਤੇ ਗਿਣ ਸਕਦੇ ਹੋ ਵੀ ਇਹ ਮੇਰੀ ਖੁਸ਼ੀ ਦੇ ਵਿੱਚ ਸ਼ਾਮਿਲ ਹੋਊਗਾ, ਠੀਕ ਹੈ ਨਾ। ਹਰ ਬੰਦਾ ਲੈਗ ਪੁਲਿੰਗ ਕਰਨ ਤੇ ਲੱਗਾ ਹੋਇਆ, ਜੈਲਸੀ ਦੇ ਨਾਲ ਭਰਿਆ ਹੋਇਆ, ਆਪਣੀ ਦਿਲ ਦੀ ਆਵਾਜ਼ ਸੁਣੋ, ਲੱਗੇ ਰਹੋ, ਮਿਹਨਤ ਕਰੋ ਔਰ ਸਹੀ ਰਸਤੇ ਤੇ ਤੁਰੋ। ਹਾਂ, ਬੰਦਾ ਠੀਕ ਹੈ ਵੀ, ਵਧੀਆ ਕਰਦਾ ਇਹ ਇੰਟਰਵਿਊਜ਼ ਵਗੈਰਾ, ਵਿਚਾਰਾ ਮਿਹਨਤੀ ਹੈ, ਮਿਹਨਤੀ, ਤੇ ਪਰਮਾਤਮਾ ਇਹਦੀ ਮਿਹਨਤ ਨੂੰ ਰੰਗ ਭਾਗ ਲਾਵੇ। ਤੇ ਇਹਦੇ ਨਾਲ 3-4 ਮੁੰਡੇ ਹੋਰ ਹੈ, ਕੁਲਦੀਪ ਹੈ, ਸਿਧਾਰਥ, ਸੁਖਮੀਤ ਕੌਰ, ਇੰਨੇ ਜਣੇ ਨਾਲ ਜੁੜੇ ਹੋਏ ਆ, ਹੋਰ ਵੀ ਇਹਨਾਂ ਦੀ ਟੀਮ ਹੈਗੀ ਆ, ਤੇ ਇਹਨਾਂ ਦਾ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ, ਨਹੀਂ ਤਾਂ ਸਾਰੇ ਜਣੇ ਹਾਂ ਇੱਕ ਇੱਕ ਛੋਟਾ ਮੋਬਾਈਲ ਤੇ ਵੀ ਕਈ ਲੱਗ ਜਾਂਦੇ, ਪਰ ਇਹਨਾਂ ਨੇ 4-5 ਕੈਮਰੇ ਸੈਟਅਪ ਲਾਏ, ਔਰ ਇਹਨਾਂ ਦਾ ਜ਼ਰੂਰ ਸਬਸਕ੍ਰਾਈਬ ਕਰੋ ਔਰ ਦੇਖੋ। ਤੇ ਥੈਂਕ ਯੂ ਜੀ ਵੀਰੇ, ਓਕੇ ਜੀ।